Mr. Singh Productions presents. ਮੈਂ ਅੱਗੇ ਅੱਗੇ ਰਸਤਾ ਉਲੀਕਿਆ, ਤੁਸੀਂ ਪਿੱਛੇ ਪਿੱਛੇ ਤੁਰੇ ਆਓ। ਤੁਹਾਨੂੰ ਨਵੇਂ ਰਾਹ ਲੱਭਣ ਦੀ ਲੋੜ ਨਹੀਂ, ਤੁਹਾਨੂੰ ਨਵੇਂ ਆਗੂ ਲੱਭਣ ਦੀ ਲੋੜ ਨਹੀਂ। ਅੱਜ ਸਾਡਾ ਸਭ ਤੋਂ ਵੱਡਾ ਦੁਖਾਂਤ ਇਹ ਹਾਏ ਜੀ, ਸਾਡੇ ਕੋਲ ਆਗੂ ਨਹੀਂ ਹੈਗਾ। ਜਿਨ੍ਹਾਂ ਕੋਲ ਜਾਗਤ ਜੋਤ ਆਗੂ ਹੋਵੇ, ਦੁਨੀਆਂ ਦੇ ਹਰ ਸਵਾਲ ਦਾ ਜਵਾਬ ਦੇਣ ਵਾਲਾ ਆਗੂ ਹੋਵੇ, ਜਿਨ੍ਹਾਂ ਕੋਲ ਅਗਵਾਈ ਕਰਨ ਵਾਲਾ ਆਗੂ ਹੋਵੇ ਬੈਠਾ ਹਾਜ਼ਰ ਨਾਜ਼ਰ, ਸੱਚੀ ਮੁੱਚੀ ਘਰੋਂ ਯਕੀਨ ਧਾਰ ਕੇ ਆਈ ਤੇਰੀ ਜ਼ਿੰਦਗੀ ਦੇ ਹਰ ਸਵਾਲ ਦਾ ਜਵਾਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਣਗੇ। ਇਹ ਸਮਾਗਮਾਂ ਦਾ ਆਹ ਮਨੋਰਥ ਹੈ, ਅਸੀਂ ਗੁਰੂ ਦੀ ਅਗਵਾਈ ਵਿੱਚ ਤੁਰੀਏ। ਗੁਰੂ ਨੇ ਰਾਹ ਉਲੀਕਿਆ ਹੋਇਆ, ਅਸੀਂ ਪਿੱਛੇ ਪਿੱਛੇ ਤੁਰਨਾ। ਗੁਰਸਿੱਖ ਮੀਤ ਗੁਰੂ ਦੀ ਚਾਲ ਤੇ ਚੱਲ, ਤੂੰ ਤੇ ਚਾਲਾਂ ਹੀ ਹੋਰ ਫੜ ਲਈਆਂ। ਮੈਂ ਆਪਣੇ ਬਾਬੇ ਦੀ ਚਾਲ ਤੇ ਚੱਲਿਆ, ਉਹ ਆਪਣੇ ਡੇਰੇ ਦੀ ਚਾਲ ਤੇ ਚੱਲਿਆ, ਉਹ ਆਪਣੀ ਸੰਪਰਦਾ ਦੀ ਚਾਲ ਤੇ ਚੱਲਿਆ, ਇਹ ਪਿਓ ਦੀ ਚਾਲ ਤੇ ਕਿਹਨੇ ਚੱਲਣਾ ਸੀ। ਇਹ ਹੋਕਾ ਹੈ ਤੁਹਾਡੇ ਚਰਨਾਂ 'ਚ ਚੌਂਕੀ ਹੋਣ, ਚੌਂਕੀਦਾਰ ਹੋਣ ਦੇ ਨਾਤੇ। ਗੁਰਸਿੱਖ ਮੀਤ ਕਹਿਓ ਗੱਜ ਕੇ, ਗੁਰਸਿੱਖ ਮੀਤ ਗੁਰੂ ਦੀ ਚਾਲ ਤੇ ਚੱਲ, ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ। ਹਾਂ, ਜਿਹੜਾ ਕਾਫਲਾ ਤੇਰੀ ਅਗਵਾਈ ਲੈ ਕੇ ਤੁਰਦਾ, ਜਿਹੜੇ ਗੁਰਸਿੱਖ ਤੇਰੇ ਰਾਹ ਦੇ ਉੱਤੇ ਤੁਰੇ ਨੇ, ਸੱਚੇ ਸਾਹਿਬ ਕਿਰਪਾ ਕਰ ਉਹਨਾਂ ਗੁਰਸਿੱਖਾਂ ਵਿੱਚ ਮੈਨੂੰ ਵੀ ਮਿਲਾ ਲੈ, ਮੈਂ ਵੀ ਉਹਨਾਂ ਦੇ ਰਾਹ ਦਾ ਪਾਂਧੀ ਬਣ ਜਾਵਾਂ ਤੇ ਤੇਰੀ ਬਾਣੀ ਤੋਂ ਰੋਸ਼ਨੀ ਲੈ ਕੇ ਰਸਤਾ ਲੈ ਕੇ ਆਪਣੀ ਮੰਜ਼ਿਲ ਵੱਲ ਵਧਾਂ। ਪੰਥ ਜੀ, ਜੇ ਕੁਝ ਸਵਾਰਨਾ ਚਾਹੁੰਦੇ ਹਾਂ, ਜੇ ਮੰਜ਼ਿਲੇ ਮਕਸੂਦ ਚਾਹੁੰਦੇ ਹਾਂ, ਤੇ ਸਾਡੇ ਸਾਹਮਣੇ ਰੋਲ ਮਾਡਲ, ਸਾਡੇ ਸਾਹਮਣੇ ਆਈਡੀਅਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਹ ਤੇ ਤੁਰਨ ਵਾਲੇ, ਉਹਨੂੰ ਕਮਾਉਣ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਅੱਜ ਅਸੀਂ ਚਰਨਾਂ 'ਚ ਬੈਠੇ ਹਾਂ ਸਾਹਿਬ ਦੇ ਪੰਧ ਨੂੰ ਜਾਣਨ ਲਈ, ਜਿਹੜਾ ਪੰਧ ਕੱਲ੍ਹ ਸ਼ਾਮੀ ਸ਼ੁਰੂ ਹੋਇਆ ਸੀ। ਬੜਾ ਅਚਰਜ ਜੀਵਨ ਹੈ, ਅਚਰਜ ਜੀਵਨ ਜਿਹਦੀ ਚਰਚਾ ਕਰਨ ਲੱਗਿਆਂ ਵਿਦਵਾਨ ਕਲਮ ਰੱਖ ਕੇ ਤੇ ਉਂਗਲਾਂ ਮੂੰਹ ਵਿੱਚ ਪਾ ਲੈਂਦੇ ਆ, ਜਿਹਦਾ ਜ਼ਿਕਰ ਕਰਨ ਲੱਗਿਆਂ ਇੱਥੇ ਬੈਠਿਆਂ ਬੌਧਿਕ ਤੌਰ 'ਤੇ ਸੁੰਨ ਹੋ ਜਾਈਦਾ ਵੀ ਅੱਗੇ ਬੋਲਾਂ ਕੀ, ਕਿਹੜਾ ਕਿਹੜਾ ਪਹਿਲੂ ਰੱਖਾਂ, ਕਿੱਥੋਂ ਕਿੱਥੋਂ ਸ਼ੁਰੂ ਕਰਾਂ, ਸੁੱਝ ਹੀ ਨਹੀਂ ਆ ਰਹੀ, ਸਮਝ ਨਹੀਂ ਆ ਰਹੀ। ਜਿੱਥੇ ਸਾਡੀਆਂ ਅਕਲਾਂ ਦੇ ਦਾਇਰੇ ਛੋਟੇ ਪੈ ਜਾਂਦੇ ਆ, ਜਿੱਥੇ ਸਾਡੀਆਂ ਸੋਚਾਂ ਸੀਮਤ ਰਹਿ ਜਾਂਦੀਆਂ, ਮੇਰੇ ਸਤਿਗੁਰੂ ਜੀ ਦਾ ਮਾਰਗ ਏਡਾ ਵਿਸ਼ਾਲ ਹੈ। ਮੈਂ ਸਿਰਫ ਜ਼ਿਕਰ ਹਰ ਵਾਰੀ ਆਪਾਂ ਯਤਨ ਵੇਖੋ, ਹੈ ਤੇ ਅਥਾਹ ਹੈ, ਸਮੁੰਦਰਾਂ ਤੋਂ ਗਹਿਰਾ, ਆਕਾਸ਼ ਤੋਂ ਵਿਸ਼ਾਲ, ਪਰ ਆਪਾਂ ਆਰੰਭ ਕਰ ਲਈਏ ਕੱਲ੍ਹ ਵਾਲੇ ਉਹ ਸੰਧਿਆ ਦਾ ਵੇਲਾ, ਜਿਹਨੂੰ ਜੋਗੀ ਜੀ ਕਹਿੰਦੇ ਤਾਰੋਂ ਕੀ ਛਾਓ ਮੈਂ ਕਿਲੇ ਸੇ ਸਤਿਗੁਰੂ ਰਵਾਂ ਹੂਏ, ਸੁਰਤ ਲੈ ਕੇ ਜਾਏ। ਰਵਾਨਗੀ ਹੈ, ਇਹਦਾ ਮਤਲਬ ਲਗਭਗ ਪਹਿਰ ਕੁ ਰਾਤ ਗੁਜ਼ਰੀ ਹੈ। ਤਾਰੋਂ ਕੀ ਛਾਓ ਮੈਂ ਕਿਲੇ ਸੇ ਸਤਿਗੁਰੂ ਰਵਾਂ ਹੂਏ, ਕੱਸ ਕੇ ਕਮਰ ਸਾਰੇ ਅਸਵਾਰ ਜਵਾਂ ਹੂਏ। ਕਮਰ ਕੱਸੇ ਕੀਤੇ ਤੇ ਜਿੰਨੇ ਅਸਵਾਰ ਸੀ ਆਪੋ ਆਪਣੀਆਂ ਸਵਾਰੀਆਂ ਤੇ ਜਾ ਥਾਪੜੇ, ਉਹਨਾਂ ਨੇ ਸਿੰਘਾਸਨ ਸੰਭਾਲੇ, ਆਸਣ ਲਾ ਲਏ। ਕੱਸ ਕੇ ਕਮਰ ਸਾਰੇ ਅਸਵਾਰ ਜਵਾਂ ਹੂਏ, ਕੁਛ ਆਗੇ ਲੈ ਨਿਸ਼ਾਨ। ਇਹ ਬਹੁਤ ਜ਼ਰੂਰੀ ਸੀ, ਗੁਰੂ ਕੇ ਨਿਸ਼ਾਨ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਉਹ ਅੱਗੇ ਅੱਗੇ ਗੁਰੂ ਪੰਥ ਦਾ ਨਿਸ਼ਾਨ ਸਾਹਿਬ ਲੈ ਕੇ ਚੱਲਦੇ ਸੀ। ਜਦੋਂ ਪੰਥ ਦਾ ਕਾਫਲਾ ਚੱਲਦਾ ਸੀ ਨਾ, ਤੇ ਉਸ ਕਾਫਲੇ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਵੀ ਇਹ ਗੁਰੂ ਦਾ ਕਾਫਲਾ, ਇਹ ਪੰਥ ਦਾ ਕਾਫਲਾ। ਤੇ ਉਸ ਕਾਫਲੇ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਸੀ ਕਿ ਉਹਦੇ ਮੋਰਲੇ ਪਾਸੇ ਸਭ ਤੋਂ ਪਹਿਲਾਂ ਮੇਰੇ ਸਾਹਿਬ ਦੀ ਮੀਰੀ ਪੀਰੀ ਦਾ ਨਿਸ਼ਾਨ ਚੱਲਦਾ। ਕੁਛ ਆਗੇ ਲੈ ਨਿਸ਼ਾਨ ਸ਼ੇਰੇ ਜਿਆਂ ਹੋਏ। ਹੁਣ ਸਾਧ ਸੰਗਤ ਅੱਧੇ ਕਾਫਲੇ ਕੋਲੋਂ ਤੇ ਨਿਸ਼ਾਨ ਸਾਹਿਬ ਹੀ ਖੋਹ ਲਿਆ। ਕਦੀ ਆਪਾਂ ਪੜ੍ਹਦੇ ਹੁੰਦੇ ਸੀ ਨਾ, ਬੜੇ ਬੜੇ ਜੋਸ਼ ਨਾਲ ਸਾਡੇ ਵੱਡੇ ਪੜ੍ਹਦੇ ਸੀ, ਝੂਲ ਤੇ ਨਿਸ਼ਾਨ ਰਹੇ, ਝੂਲ ਤੇ ਨਿਸ਼ਾਨ ਰਹੇ। ਤੇ ਅਗਲਿਆਂ ਨੇ ਕਿਹਾ ਕਿੱਥੋਂ ਝੂਲਣ ਦਿਆਂਗੇ, ਅਸੀਂ ਪੰਥ ਦੇ ਤੇ ਟਿਕਾਣੇ ਹੀ ਨਹੀਂ ਰਹਿਣ ਦੇਣੇ, ਆਪਣੇ ਅੱਡੇ ਬਣਾ ਕੇ ਨਿਸ਼ਾਨ ਖਤਮ ਹੀ ਕਰ ਦਿਆਂਗੇ। ਸਾਨੂੰ ਨਹੀਂ ਪਤਾ ਲੱਗਿਆ, ਉਹ ਕਾਫਲੇ ਤੁਰਨ ਵਾਲੇ ਹੋ, ਤੁਹਾਡੇ ਮੋਰਲੇ ਪਾਸਿਓਂ ਨਿਸ਼ਾਨ ਖੁੱਸ ਚੁੱਕੇ ਆ, ਤੁਹਾਨੂੰ ਨਹੀਂ ਪਤਾ ਲੱਗਿਆ। 25-30% ਕੌਮ ਨੂੰ ਉਸ ਕਾਫਲੇ ਦੇ ਪਿੱਛੇ ਤੋਰ ਦਿੱਤਾ ਜਿਨ੍ਹਾਂ ਦੇ ਕੋਲੋਂ ਨਿਸ਼ਾਨ ਹੀ ਗਾਇਬ ਹੋ ਗਿਆ। ਕੁਛ ਆਗੇ ਲੈ ਨਿਸ਼ਾਨ ਸ਼ੇਰੇ ਜਿਆਂ ਹੋਏ,
ਪੰਥ ਸੁੱਤਾ ਗਾੜੀ ਨੀਂਦ। ਅੱਛਾ ਮੇਰੇ ਕੋਲ ਨਿਸ਼ਾਨ ਸਾਹਿਬ ਚੱਲਿਆ ਗਿਆ, ਕੌਤਕ ਵਰਤਿਆ ਸੀ ਇੱਕ ਦਿਨ, ਪੁੱਛਿਆ ਸੀ ਕਿਤੇ ਜੰਗ ਦੇ ਅੰਦਰ ਨਿਸ਼ਾਨ ਲੈ ਕੇ ਜਾਣ ਵਾਲੇ ਨੂੰ ਵੰਗਾਰ ਕੇ ਦੁਸ਼ਮਣ ਨੇ ਕਿਹਾ ਮੈਂ ਤੇਰੇ ਹੱਥ ਕੱਟ ਦਿਆਂਗਾ, ਸੁੱਟ ਦੇ ਗੁਰੂ ਦਾ ਨਿਸ਼ਾਨ। ਉਹ ਕਹਿਣ ਲੱਗਾ ਮੇਰੀਆਂ ਲੱਤਾਂ ਦੇ ਅੰਦਰ ਇੰਨਾ ਬਲ ਹੈ ਮੈਂ ਗੁਰੂ ਦਾ ਨਿਸ਼ਾਨ ਨਹੀਂ ਛੁੱਟਣ ਦਿਆਂਗਾ, ਡਿੱਗਣ ਦਿਆਂਗਾ। ਜੇ ਹੱਥ ਕੱਟ ਦੇਗਾ ਤੇ ਮੈਂ ਆਪਣੀਆਂ ਲੱਤਾਂ ਦੀ ਤਾਕਤ ਨਾਲ ਇਸ ਨਿਸ਼ਾਨ ਨੂੰ ਸਾਂਭ ਕੇ ਰੱਖਾਂਗਾ। ਕਹਿੰਦਾ ਮੈਂ ਤੇਰੀਆਂ ਲੱਤਾਂ ਕੱਟ ਕੇ ਰੱਖ ਦਿਆਂਗਾ। ਕਹਿਣ ਲੱਗਾ ਮੈਂ ਯਤਨ ਕਰਾਂਗਾ। ਅੱਗੋਂ ਸਿੱਖ ਦਾ ਜਵਾਬ ਸੀ ਨਿਸ਼ਾਨ ਨੂੰ ਪ੍ਰਣਾਮਾ ਕਰਨ ਵਾਲੇ ਦਾ, ਉਹ ਕਹਿੰਦਾ ਮੈਂ ਇਸ ਨਿਸ਼ਾਨ ਨੂੰ ਆਪਣੇ ਮੂੰਹ ਦੇ ਨਾਲ ਸੰਭਾਲਣ ਦਾ ਯਤਨ ਕਰਾਂਗਾ। ਕਹਿੰਦਾ ਮੈਂ ਤੇਰੀ ਗਰਦਨ ਕੱਟ ਦਿਆਂਗਾ। ਤੇ ਸਿੱਖ ਦਾ ਨਿਸ਼ਚਾ ਕਹਿੰਦਾ ਫਿਰ ਜਿਹਦਾ ਨਿਸ਼ਾਨ ਹੈ ਨਾ ਉਹ ਆਪੇ ਨਿਸ਼ਾਨ ਦੀ ਰਾਖੀ ਕਰ ਲਏਗਾ। ਉਸ ਸਿੱਖ ਕੋਲ ਦੋ ਚੀਜ਼ਾਂ ਸੀ, ਇੱਕ ਨਿਸ਼ਾਨ ਸੀ ਤੇ ਇੱਕ ਸਿਦਕ ਸੀ। ਉਸ ਸਿੱਖ ਦੇ ਕੋਲ ਦੋ ਚੀਜ਼ਾਂ ਸੀ, ਇੱਕ ਨਿਸ਼ਾਨ ਸੀ, ਇੱਕ ਨਿਸ਼ਾਨ ਇੱਕ ਝੰਡਾ ਜਿਸ ਨਿਸ਼ਾਨ ਦੇ ਥੱਲੇ ਪੰਥ ਇਕੱਠਾ ਹੁੰਦਾ ਸੀ। ਉਹਦੇ ਕੋਲ ਇੱਕ ਨਿਸ਼ਾਨ ਸੀ ਤੇ ਇੱਕ ਸਿਦਕ ਸੀ। ਅੱਜ ਤੁਸੀਂ ਆਪਣੀ ਬੁੱਕਲ 'ਚ ਝਾਤ ਮਾਰ ਕੇ ਵੇਖੋ, ਸਾਡੇ ਕੋਲ ਨਾ ਨਿਸ਼ਾਨ ਰਹਿਣ ਦਿੱਤਾ ਤੇ ਨਾ ਸਿਦਕ ਰਹਿਣ ਦਿੱਤਾ। ਠੂਠਾ ਫੜਾ ਕੇ ਮੰਗਤਿਆਂ ਦੇ ਮੰਗਤੇ ਬਣਾ ਦਿੱਤਾ ਸਾਨੂੰ। ਠੀਕ ਹੈ ਅਸੀਂ ਇਤਿਹਾਸ ਦੀ ਚਰਚਾ ਕਰਨੀ ਹੈ, ਪਰ ਬੜੀ ਵਿਦਵਤਾ ਦੇ ਨਾਲ ਸਫਾਈ ਨਾਲ ਇਤਿਹਾਸ ਨੂੰ ਬੋਲ ਕੇ ਅੱਗੇ ਕਈ ਵਾਰੀ ਗੁਜ਼ਰ ਜਾਂਦੇ ਹਾਂ। ਜਿਹੜੀਆਂ ਚੁਣੌਤੀਆਂ ਉੱਧਰ ਸਾਡੀ ਨਿਗਾਹ ਹੀ ਨਹੀਂ ਜਾਂਦੀ, ਉਹ ਮੁਸੀਬਤਾਂ ਮੂੰਹ ਅੱਡ ਕੇ ਖੜੀਆਂ ਨੇ ਤੁਹਾਨੂੰ ਨਿਗਲਣ ਵਾਸਤੇ। ਕੌਮ ਸੁੱਤੀ ਸੀ, ਉਹਨੂੰ ਪਤਾ ਨਹੀਂ ਲੱਗਿਆ ਅਗਲੇ ਪਾਸਿਓਂ ਨਿਸ਼ਾਨ ਗਾਇਬ ਹੋ ਗਿਆ, ਅਸੀਂ ਮੱਥੇ ਰਗੜਦੇ ਰਹਿ ਗਏ ਸਾਧ ਸਿੰਘ। ਸਾਡੀ ਅੱਧੀ ਕੌਮ ਪਰੰਪਰਾਵਾਂ ਵਾਸਤੇ ਲੜ ਰਹੀ ਹੈ, ਜਿੱਥੇ ਕੌਮ ਦੀਆਂ ਪਰੰਪਰਾਵਾਂ ਹੀ ਢਹਿ ਗਈਆਂ, ਜਿਹੜੀਆਂ ਮੇਰੇ ਗੁਰੂ ਨਾਨਕ ਨੇ ਸ਼ੁਰੂ ਕੀਤੀਆਂ ਸੀ, ਕਿਸੇ ਬੰਦੇ ਨੇ ਨਹੀਂ। ਕਿਹੜੀ ਕਿਹੜੀ ਗਿਣ ਕੇ ਦੱਸਾਂ, ਤੁਸੀਂ ਇੰਨੇ ਕੁ ਤੇ ਬੌਧਿਕ ਸਤਾ 'ਤੇ ਚੇਤਨੀ ਹੋ, ਆਪ ਹੀ ਵੇਖੋ ਨਾ ਕੀ ਗੁਆਚ ਗਿਆ ਕਿ ਨਹੀਂ ਸਮਝ ਆਉਂਦੀ ਸਾਨੂੰ। ਕੁਛ ਆਗੇ ਲੈ ਨਿਸ਼ਾਨ ਸ਼ੇਰੇ ਜ਼ਿਆਂ ਹੋਏ, ਕੁਛ ਪੀਛੇ ਜਾਂ ਨਿਸਾਰ ਸਤਿਗੁਰ ਦਰਮਿਆਂ ਹੋਏ, ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫ਼ਰ ਥੇ। ਆਹ ਜਿਹੜਾ ਸਫ਼ਰ ਸੀ ਨਾ ਪੰਧ ਸੀ, ਚਾਰੋਂ ਪਿਸਰ ਜਿਗਰ ਦੇ ਚਾਰੇ ਟੁਕੜੇ ਸੱਚੇ ਪਾਤਸ਼ਾਹ ਹਜ਼ੂਰ ਦੇ ਨਾਲ ਚੱਲ ਰਹੇ ਆ। ਅਤੇ ਜਦੋਂ ਦੁਨਿਆਵੀ ਪੁਰਖ ਅਸੀਂ ਆਪਣੇ ਘਰਾਂ ਵੱਲ ਝਾਤੀ ਮਾਰ ਕੇ ਵੇਖਿਓ ਨਾ, ਆਪਣੇ ਕੱਦ ਕਾਠ ਦੇ ਹੋਏ ਪੁੱਤ ਜਦੋਂ ਨਾਲ ਤੁਰਦੇ ਆ ਤੇ ਭਾਵੇਂ ਜ਼ੁਬਾਨ ਤੋਂ ਪਿਓ ਬੋਲੇ ਨਾ, ਅੰਦਰ ਚਾਅ ਬੜਾ ਚੜ੍ਹਦਾ। ਪੁੱਤਾਂ ਨੂੰ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਦਿਆਂ ਮਾਵਾਂ ਸੋਚਦੀਆਂ ਹੁਣ ਸਦਰਾਂ ਵਾਲੇ ਦਿਨ ਆਉਣਗੇ ਅਤੇ ਅਸੀਂ ਆਪਣੇ ਲਾਲਾਂ ਦੀਆਂ ਘੋੜੀਆਂ ਗਾਵਾਂਗੇ, ਖੁਸ਼ੀਆਂ ਮਨਾਵਾਂਗੇ। ਚਾਰੋਂ ਪਿਸਰ ਹਜ਼ੂਰ ਕੇ ਹਮਰਾਹ ਸਫ਼ਰ ਥੇ। ਅਜ਼ੀ ਜ਼ੋਰਾਵਰ ਔਰ ਫਤਿਹ ਅਜ਼ੀਤ ਔਰ ਜ਼ੁਜ਼ਾਰ ਥੇ। ਇੱਦਾਂ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਤੋਂ ਰੁਖਸਤ ਹੋਏ। ਆਪ ਜੀ ਬੜੀ ਚੰਗੀ ਤਰ੍ਹਾਂ ਸੁਣ ਚੁੱਕੇ ਹੋ ਕਿ ਹਜ਼ੂਰ ਨੇ ਰੋਜ਼ ਦੀ ਤਰ੍ਹਾਂ ਉਸ ਸਥਾਨ 'ਤੇ ਜਾ ਕੇ ਨਮਸਕਾਰ ਕੀਤੀ ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ ਸੀ। ਭਾਗਾਂ ਵਾਲਿਓ, ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਬਾਣੀ ਪੜ੍ਹਦਿਆਂ ਸ਼ਬਦ ਕੀਰਤਨ ਕਰਦਿਆਂ ਇੱਕ ਬਚਨ ਕਹਿ ਰਹੇ ਸਨ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਦੁਨੀਆਂ ਦੇ ਬਾਦਸ਼ਾਹ ਜਦੋਂ ਗੱਦੀ ਨਿਸ਼ੀਨ ਹੁੰਦੇ ਆ, ਦੁਨੀਆਂ ਦੇ ਸ਼ਹਿਨਸ਼ਾਹ ਜਦੋਂ ਸਿੰਘਾਸਨਾਂ 'ਤੇ ਬੈਠਦੇ ਆ ਅਤੇ ਦੁਨੀਆਂ ਦੇ ਲੋਕ ਉਹਨਾਂ ਵਾਸਤੇ ਨਜ਼ਰਾਨੇ ਲੈ ਕੇ ਆਉਂਦੇ ਆ, ਤੋਹਫੇ ਲੈ ਕੇ ਆਉਂਦੇ ਆ, ਉਪਹਾਰ ਲੈ ਕੇ ਆਉਂਦੇ ਆ, ਇਹ ਦੁਨੀਆਂ ਦਾ ਬੜਾ ਵਿਚਿੱਤਰ ਸ਼ਹਿਨਸ਼ਾਹ ਹੈ। ਇਹ ਧਰਤੀ ਦੇ ਟੁਕੜੇ 'ਤੇ ਕਬਜ਼ਾ ਨਹੀਂ ਕਰਦਾ, ਇਹ ਧਨ ਦੌਲਤ ਦੇ ਖਜ਼ਾਨਿਆਂ ਦਾ ਲੱਭ ਨਹੀਂ ਕਰਦਾ, ਇਹ ਕਦੀ ਵੀ ਆਪਣੇ ਪੁੱਤਾਂ ਵਾਸਤੇ ਸਲਤਨਤਾਂ ਕਾਇਮ ਨਹੀਂ ਕਰਦਾ। ਇਹ ਦੁਨੀਆਂ ਦਾ ਬੜਾ ਅਚਰਜ ਸ਼ਹਿਨਸ਼ਾਹ ਹੈ। ਜਿਸ ਦਿਨ ਇਹ ਸ਼ਹਿਨਸ਼ਾਹ ਗੱਦੀ ਨਿਸ਼ੀਨ ਹੋਇਆ, ਇਹਦੇ ਵਾਸਤੇ ਨਜ਼ਰਾਨੇ ਵੀ ਬੜੇ ਅਚਰਜ ਆਏ। ਪਿਤਾ ਦਾ ਧੜ ਤੋਂ ਬਿਨਾਂ ਸੀਸ ਪਹਿਲੇ ਦਿਨ ਨਜ਼ਰਾਨੇ ਵਿੱਚ ਆਇਆ ਸੀ। ਸੰਸਾਰ ਉੱਤੇ ਜੋ ਕੁਝ ਮੇਰੇ ਸਾਹਿਬ ਨੇ ਵਰਤਾਇਆ ਉਹ ਜੱਗੋਂ ਤੇਰਵਾਂ ਵਰਤਾਇਆ, ਗੁਰਮੁਖੋ ਜਗਤ ਉੱਤੇ ਦੂਜਾ ਕੋਈ ਨਹੀਂ ਵਰਤਾ ਸਕਿਆ। ਇਸੇ ਵਾਸਤੇ ਕਲਮਾਂ ਵਾਲਿਆਂ ਨੂੰ ਲਿਖਣਾ ਪਿਆ ਸੀ, ਇਨਸਾਫ ਕਰੇ ਜੀ ਮੇ ਜਮਾਨਾ ਤੋਂ ਕਹਿ ਦੇ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਾ ਕੋਈ ਸਾਨੀ ਹੀ ਨਹੀਂ। ਕਰਤਾਰ ਕੀ ਸੁਗੰਧ ਵੈ ਨਾਨਕ ਕੀ ਕਸਮ, ਜਿਤਨੀ ਵੀ ਹੋ ਦਸ਼ਮੇਸ਼ ਕੀ ਤਾਰੀਫ ਵੈ ਹੈ ਕਮ। ਪਤਾ ਨਹੀਂ ਕਿਸ ਲਾਚਾਰੀ ਵਿੱਚ ਹੋਣਗੇ ਉਹ ਲੋਕ ਜਿਨ੍ਹਾਂ ਨੇ ਇਹ ਆਖਿਆ ਸੀ, ਦਸ਼ਮੇਸ਼ ਜੀ ਇਸ ਜੱਗ ਮੇ ਤੇਰਾ ਸਾਨੀ ਨਹੀਂ ਦੇਖਾ, ਇਸ ਜੱਗ ਮੇ ਕੋਈ ਪੁੱਤਰੋਂ ਕਾ ਦਾਨੀ ਨਹੀਂ ਦੇਖਾ।
जो कुछ किया वह अचरज ही किया जगत उत्ते किसी शहनशाह ने इदा ना किया किसी फकीर ने इदा ना किया किसी दरवेश ने इदा ना किया जो मेरे सतगुरु जी ने जगत नूं करके दसिया सतसंग छे पोह दी रात आखिरी वार मेरे सतगुरु जी आनंदपुर दीआं गलियां नूं छोह देख के जदों श्री आनंदपुर साहब तो रुखसत हुंदे आ ना दो बोल वीर कोलों सुणिया माही दे विछोड़े वाली रात आई खैर दी गली गली रोई है आनंदपुर शहर दी गली गली रोई आनंदपुर शहर दी माही दे विछोड़े वाली रात आई खैर दी गली गली रोई आनंदपुर शहर दी वाहिगुरु गली गली रोई आनंदपुर शहर दी दाता साडे कोलों केड़ा कर जा चुकाया दसी मेरे प्रीतमा तू मुख क्यों छुपाया है दसी मेरे प्रीतमा तू मुख क्यों छुपाया है होया कि होया कि कसूर अपने जन्मा दा वैर नी गली गली रोई आनंदपुर शहर दी गली गली रोई आनंदपुर शहर दी जिन्ना गलियां च रहा फतेह सिंह खेड़दा उन्ना गलियां च वैरी सप बाण मेलदा ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗ ਮੇਲਦਾ ਝੱਲੀ ਨਹੀਂ ਉਹ ਜਾਣੀ ਝੱਲੀ ਨਹੀਂ ਉਹ ਜਾਣੀ ਗੁਲਾਮੀ ਕਿਸੇ ਘਰ ਦੀ गली गली रोई आनंदपुर शहर दी गली गली रोई आनंदपुर शहर दी जिन्हां गलियां दे विच फतेह सिंह खेलदा उन्हां गलियां दे विच अज वैरी पिया मेलदा ਝੱਲੀ ਨਹੀਂ ਉਹ ਜਾਣੀ ਗੁਲਾਮੀ ਸਾਥੋਂ ਗੈਰ ਦੀ ਉਹ ਗਲੀਆਂ ਦੇ ਕੱਖ ਵੀ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਤੇਰੇ ਤੋਂ ਬਿਨਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਅਸੀਂ ਕਿਸੇ ਦੇ ਪੈਰਾਂ ਦੀ ਛੋਹ ਨਹੀਂ ਪ੍ਰਵਾਨ ਕਰ ਸਕਦੇ ਅਸੀਂ ਕਿਸੇ ਦੀ ਖਾਕ ਨਹੀਂ ਬਣ ਸਕਦੇ ਜੇ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਵਸਣ ਵਾਲੀਆਂ ਗਲੀਆਂ ਦੇ ਕੱਖ ਵੀ ਅਰਜੋਈ ਕਰਦੇ ਆ ਤਾਂ ਆਨੰਦਪੁਰ ਸਾਹਿਬ ਦੇ ਵਾਸੀ ਆ ਤੂੰ ਕਿਹਨਾਂ ਦੇ ਪੈਰਾਂ ਦੀ ਮਿੱਟੀ ਬਣ ਗਿਆ ਜਾਦ ਆਵੇ ਜੋਰਾਵਰ ਅੱਜ
ਕਰੇ ਜਿਉਂਦੀ ਰੌਣਕ ਬਜ਼ਾਰ ਦੀ ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਜ਼ਾਰ ਦੀ ਲੱਭਣੀ ਨਾ ਤੂੰ ਲੱਭਣੀ ਨਾ ਤੂੜ ਕਿਤਾਂ ਬੱਚਿਆਂ ਦੇ ਪੈਰ ਦੀ ਗਲੀ ਗਲੀ ਰੋਈ ਹੈ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਈ ਹੈ ਆਨੰਦਪੁਰ ਸ਼ਹਿਰ ਦੀ ਮਾਘੀ ਦੇ ਵਿਛੋੜੇ ਵਾਲੀ ਰਾਤ ਆਈ ਖੈਰ ਦੀ ਗਲੀ ਗਲੀ ਰੋਈਏ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਈਏ ਆਨੰਦਪੁਰ ਸ਼ਹਿਰ ਦੀ। ਅੱਜ ਕਲਗੀਧਰ ਪਾਤਸ਼ਾਹ ਦੇ ਦਸ਼ਮੇਸ਼ ਪਿਤਾ ਦੇ ਵਿਛੋੜੇ ਦੀ ਪਹਿਲੀ ਰਾਤ ਸੀ ਆਨੰਦਪੁਰ ਸ਼ਹਿਰ ਵਾਸਤੇ। ਜਿਹੜੀਆਂ ਗਲੀਆਂ ਨੂੰ ਮੇਰੇ ਸਾਹਿਬਾਂ ਦੇ ਚਰਨਾਂ ਦੀ ਛੋਹ ਮਿਲਦੀ ਸੀ, ਸਰੀਰ ਕਰਕੇ ਹਜ਼ੂਰ ਆਖਰੀ ਵਾਰ ਇਹਨਾਂ ਗਲੀਆਂ ਤੋਂ ਦੀ ਗੁਜ਼ਰੇ, ਆਣ ਪਹੁੰਚੇ ਸਤਿਗੁਰੂ ਸਰਸਾ ਨਦੀ ਕੇ ਪਾਸ, ਜਿੱਥੇ ਤੁਸੀਂ ਬੈਠੇ ਹੋ ਐਨ ਇਹਦਾ ਪਰਲਾ ਪਾਸਾ। ਬਸ ਆਹ ਮੈਂ ਵੇਖ ਰਿਹਾ ਧੁੰਦ ਅੰਦਰ ਵੜ ਰਹੀ ਹੈ, ਕੱਕਰ ਪੈ ਰਿਹਾ, ਠੰਡ ਹੋ ਗਈ, ਬਹੁਤ ਦੁੱਖ ਹੋਏਗਾ, ਬੱਚੇ ਮਾਸੂਮ ਗਲੀ ਗੋਦੀ 'ਚ ਨੇ। ਪਰ ਭੈਣੋ ਇਹ ਤਕਲੀਫ ਉਸ ਦਿਨ ਜਿੰਨੀ ਨਹੀਂ ਹੈ ਜਿੱਦਣ ਮਾਂ ਕੱਖਾਂ ਦੀ ਕੁੱਲੀ ਵਿੱਚ ਬੈਠੀ ਸੀ। ਮੈਨੂੰ ਪਤਾ ਬਹੁਤ ਠੰਡ ਲੱਗ ਰਹੀ ਹੋਏਗੀ, ਨੱਕ ਸੁੰਨ ਹੋ ਰਹੇ ਆ, ਹੱਥ ਸੁੰਨ ਹੋ ਰਹੇ ਆ। ਮੈਂ ਕੱਪੜੇ ਪਾਏ, ਆਪਾਂ ਸਾਰਿਆਂ ਨੇ ਲਪੇਟੀਆਂ ਲਈਆਂ। ਉਸ ਦਿਨ ਪੈਰ ਵੀ ਕੰਬਦੇ ਹੋਣਗੇ, ਉਸ ਦਿਨ ਹੱਥ ਵੀ ਕੰਬਦੇ ਹੋਣਗੇ। ਦਰਸ਼ਨ ਕਰਿਓ ਨਾ ਸੁਰਤ ਨਾ ਕਿਤੇ, ਨੱਕਾਂ ਦੀਆਂ ਕੁਰੰਬਲੀਆਂ ਵੀ ਲਾਲ ਸੁਰਖ ਹੋਈਆਂ ਹੋਣਗੀਆਂ, ਅਤੇ ਮੇਰੀ ਮਾਂ ਜੀ ਹੱਥਾਂ ਵਿੱਚ ਹੱਥ ਲੈ ਕੇ ਉਹ ਕੋਮਲ ਕੋਮਲ ਫੁੱਲਾਂ ਵਰਗੇ ਉਹਨਾਂ ਨੂੰ ਫੂਕਾਂ ਮਾਰ ਮਾਰ ਕੇ ਆਪਣਾ ਨਿੱਗ ਦਿੰਦੇ ਹੋਣਗੇ। ਬਸ ਇੱਥੇ ਦਰਸ਼ਨ ਕਰਨ ਆਏ ਅਸੀਂ, ਦਰਸ਼ਨ ਕਰ। ਬਹੁਤ ਕਸ਼ਟ ਹੋਏਗਾ ਮੈਨੂੰ ਪਤਾ, ਤੁਸੀਂ ਰਸਤੇ ਤੋਂ ਵੀ ਜਾਣਾ, ਪਰ ਗੱਡੀਆਂ 'ਤੇ ਬੈਠ ਕੇ ਜਾਣਾ, ਔਖਾ ਰਸਤਾ ਸੀ, ਪੈਦਲ ਹੀ ਤੁਰ ਪਏ ਸੀ। ਬਹੁਤ ਦੁੱਖ ਹੋਏਗਾ, ਪਰ ਕੋਤਵਾਲੀ ਜਿੰਨਾ ਨਹੀਂ ਲੱਗੇਗਾ ਤੁਹਾਨੂੰ। ਮੈਨੂੰ ਪਤਾ ਬੱਚਿਆਂ ਨਾਲ ਕਸ਼ਟ ਤੁਹਾਨੂੰ ਝੱਲਣਾ ਪਏਗਾ, ਤੁਸੀਂ ਆਏ ਹੋ, ਰਾਤਾਂ ਨੂੰ ਬੈਠਦੇ ਪਏ ਹੋ, ਤੁਸੀਂ ਵੇਖ ਰਹੇ ਹੋਵੋਗੇ ਛੇਤੀ ਨਾ ਜਾਣਾ ਪਏ, ਕਿਤੇ ਲੇਟ ਨਾ ਹੋ ਜਾਈਏ, ਪਰ ਠੰਡੇ ਜਿਹੇ ਬੁਰਜ ਜਿੰਨਾ ਕਸ਼ਟ ਨਹੀਂ ਹੋਏਗਾ। ਅੱਜ ਲੰਗਰ ਛਕਦਿਆਂ ਨਾ ਸਿਮਰਨ ਕਰਨਾ ਵੀ ਮੇਰੇ ਗੁਰੂ ਦੇ ਲਾਲਾ ਨੇ ਇਸ ਵੇਲੇ ਛਕਿਆ ਸੀ ਕਿ ਨਹੀਂ ਸੀ ਛਕਿਆ। ਜਦੋਂ ਲਪੇਟਦੇ ਹੋ ਨਾ ਇਹਨਾਂ ਨੂੰ ਕੱਪੜਿਆਂ ਵਿੱਚ, ਉਦੋਂ ਸਿਮਰਨ ਕਰਿਓ ਬਾਬਾ ਫਤਿਹ ਸਿੰਘ ਜੀ ਨੂੰ ਮਿਲ ਗਈ ਸੀ ਰਜਾਈ ਕਿ ਨਹੀਂ ਸੀ ਮਿਲੀ। ਬਸ ਆਹ ਚੇਤੇ ਕਰਨ ਲਈ ਬਹਿਣਾ ਚਾਰ ਰਾਤਾਂ ਸਾਧ ਸੰਗਤ, ਹੋਰ ਕੋਈ ਮਕਸਦ। ਉਹਨਾਂ ਨੂੰ ਰਜਾਈ 'ਚ ਲਪੇਟ ਲਿਆ ਸੀ ਕਿ ਇੱਦਾਂ ਹੀ ਬੈਠੇ ਸੀ ਠੰਡੇ ਬੁਰਜ। ਮੈਂ ਬੇਨਤੀ ਕਰਾਂ, ਇਹ ਪੋਹ ਦਾ ਮਹੀਨਾ, ਮੈਂ ਫਤਿਹਗੜ੍ਹ ਸਾਹਿਬ ਕਹਿ ਰਿਹਾ ਸੀ ਸੰਗਰਾਂਦ ਵਾਲੇ ਦਿਨ ਵੀ ਪੋਹ ਦਾ ਮਹੀਨਾ ਫਕੀਰ ਦੀ ਤਸਬੀ ਵਰਗਾ, ਫਕੀਰ ਦੀ ਮਾਲਾ ਵਰਗਾ। ਉਹ ਮਾਲਾ ਦੇ ਮਣਕੇ ਫੜਦਾ, ਉਹਨੂੰ ਰੱਬ ਚੇਤੇ ਆ ਜਾਂਦਾ, ਸਾਨੂੰ ਪੋਹ ਦੀ ਸੀਤ ਲੱਗੇ ਰੱਬਾ, ਰੋਜ਼ ਲੱਗੇ ਸਾਨੂੰ ਪੋਹ ਦੀ ਸੀਤ, ਅਤੇ ਇਹ ਸੀਤ ਸਾਨੂੰ ਮਾਂ ਗੁਜਰੀ ਅਤੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਚੇਤੇ ਕਰਾਉਂਦੇ। ਇਹ ਸਿਮਰਨ ਆਇਆ ਸਾਡਾ। ਬਸ ਇਹ ਠੰਡ ਨੂੰ ਮਹਿਸੂਸ ਕਰਿਓ, ਹੱਠ ਦੀ ਗੱਲ ਨਹੀਂ ਹੈ, ਫੀਲਿੰਗ ਦੀ ਗੱਲ ਹੈ। ਮੈਨੂੰ ਭਾਈ ਸਾਹਿਬ ਜੀ ਕਹਿ ਰਹੇ ਸੀ ਘਰ ਬੈਠੇ, ਮੈਂ ਕਿਹਾ ਜੀ ਐਕੀ ਠੰਡ ਨਹੀਂ ਪੈ ਰਹੀ, ਅਤੇ ਕਹਿੰਦੇ ਠੰਡ ਤੋਂ ਬਿਨਾਂ ਤਾਂ ਮਹਿਸੂਸ ਵੀ ਨਹੀਂ ਹੁੰਦਾ, ਆਨੰਦ ਵੀ ਨਹੀਂ ਆਉਂਦਾ। ਜਦੋਂ ਕਾਂਬਾ ਛਿੜਦਾ ਨਾ, ਤਾਂ ਫਿਰ ਬਾਬਾ ਫਤਿਹ ਸਿੰਘ ਅੱਖਾਂ ਅੱਗੇ ਆਉਂਦੇ ਆ, ਉਹ ਕਿੱਦਾਂ ਤੁਰੇ ਹੋਣਗੇ।
आन पहुंचे सतगुरु सरसा नदी के पास, थी चाहत के बुझाए बारह पहर की प्यास। करके स्नान और पहन के नया लिबास, वाहिगुरु का नाम जपे और करें सापास। सापास का अर्थ है शुक्र। दो घड़ियां सिमरन विच जुड़िए, सवेरे उठ के पलके उठ, की कहा सानू जी, पलके उठ, वाहिगुरु का नाम जपे और करें सापास। शुक्र कर लिए, कादा शुक्र जी, घर उजड़ गया तां करके, प्यो दी वसाई नगरी चो उजड़ के जे असीं अपनी नजरां नाल देखना होवे तां शुक्र। सिर दे उत्ते मौत मंडरा रही है, अगले पासे हड़ मौत दा रूप धार के खड़ा है, इसे सरसा दा हड़ जिहदे किनारे बैठे हैं, पिछों 10 लाख फौज काल दा रूप धारी खड़ी है। असीं कहिंदे शुक्र ते उदों हुंदा जदों कुछ मिल जाए, असीं अरदासां करिए ते अरदासां पूरियां ना होण, कदी शुकराने दी अरदास कीती है? असीं कहिंदे उदों करांगे जदों मंग पूरी होएगी। मेरे सतगुरु जी कहिंदे जे दुख झोली च पै जाण ना तां वी सिख शुकराने दी अरदास करे। सिख बनन लई बड़ा वड्डा जिगरा चाहीदा सत संगत, व्यापारी ते हर कोई बन सकदा वी 40 पाठ कर लांगा 41 पाठ कर लांगा, सिख बनन वास्ते बहुत वड्डा जिगरा चाहीदा, बहुत वड्डा जिगरा, कि सिर ते मौत मंडरा रही होवे, घर उजड़ गया होवे, अगे अणकियासी मंजिल सामने मुंह अड्डी खड़ी होवे, मुसीबतां ने राह घेरिया होवे, ते उत्थे बैठ के भी सिख पढ़ रहा होवे सबर दे नाल। हुण अज गुरु कलगीधर पिता ने अमृत वेले पढ़िया ते नाल बाकियां नूं पढ़ाया सारियां नूं, जे सुख दे तां तुझै आराधी, जे सुख दे तां तुझै आराधी, दुख भी तुझे ते आई, दुख भी तुझे ते आई, तुझे ते आई, दुख भी तुझे ते आई, जे भुख दे ता इत ही राजा, जे भुख दे ता इत ही राजा, भुख दे ता इत ही राजा, जे भुख दे दुख विच सुख मनाई, दुख विच सुख मनाई, दुख विच सुख मनाई, दुख विच सुख मनाई, सारा परिवार ना ठंडे ठीर रेते ते बैठ गया, ताले हेठां पाए ना कख पाए आ, मैट बिछाए आ, संगत नूं ठंड ना लग जाए, ठंडे ठीर रेते ते कई दिनां दी बरसात होई सी ना, ते आप ओदियां रातां ठंडे ठीर रेते ते ऐं बैठ के ते साहिब ने शुरू कर दिता आप, कितियां दुख भूख सद मार, किदां दा टिकाओ होएगा अमृत वेले ना, करो दर्शन इसे सरसा दे तट ते। ते अज वेखी सी धुंद पई, इह साडे लई सिमरन सी। उह सत संगत, मैं ना सवेरे कथा लई निकलिया ते ठंडे बुरज तो उत्तर दे कुछ बाहरों आए सत संगी सी, ते उह सियाणे बंदे मैनूं कहिण लगे जी राह नहीं लभ रिहा, धुंद बड़ी है, किधर नूं जाणा रस्ता, किधर नूं मैं बाहर जाणदा। थोड़ी जी अगे आए ते इक माता लभ रही, उह पुछ रही सेवादार नूं वी साडियां बसां कित्थे आ, उह लंगर वल नूं तुरी जाए, ते मैं उत्थे खड़ गया दो घड़ियां हथ जोड़ के वी सच्चे पातशाह इस राह विच मेरी मां गुजरी जी ने राह किदां लभिया होएगा इस मौसम दे अंदर, इस धुंद दे अंदर जिहड़ी अज सानूं सिमरन करा रही, उन्होंने रस्ता किदां लभ्या होगा, अज बने हुए राह सानू नहीं लभ रहे, उदों किहड़े रस्ते सी। सच्चे पातशाह जी ने परिवार बिठा लिया, कहिंदे आओ बैठिए, वाहिगुरु का नाम जपे और करें सापास, कहिंदे आओ शुक्र करिए। कोई नहीं सी कहण वाला भी कहदा शुक्र जी, बिपता पै गई, किन्नियां जानां चलियां गईयां, किन्ना धन खुस गया, कदी इदां होया भी साडा कारोबार डाउन चलिया जाए, वाहिगुरु सारिआं नूं तरक्कियां बख्शे, कदी इदां होया कि कदी बीमारी लग जाए, कदी कोई कष्ट आ जाए, ते असीं कहीए आओ सारा परिवार शुकराने दी अरदास करिए, नहीं कर सकदे, असीं नहीं कर सकदे। साहिब ने कहा कि आओ वाहिगुरु का नाम जपें और करें सापास,
ਤੇ ਕਿੱਦਾਂ ਸਾ ਪਾਸ ਕੀਤਾ, ਕਿਵੇਂ ਸ਼ੁਕਰ ਕੀਤਾ, ਪਰਿਵਾਰ ਨੂੰ ਨਾਲ ਲੈ ਕੇ ਨਾ ਉਦਣ ਜ਼ਰੂਰ ਬਾਬਾ ਫਤਿਹ ਸਿੰਘ ਨੂੰ ਗੋਦੀ 'ਚ ਬਿਠਾਇਆ ਹੋਏਗਾ ਅੰਮ੍ਰਿਤ ਵੇਲੇ ਅੱਜ, ਤੇ ਉਦਣ ਪੜ੍ਹ ਰਹੇ ਮੇਰੇ ਸਤਿਗੁਰ ਜੀ, ਕਿਤਿਆਂ ਦੁੱਖ ਭੁੱਖ ਸਦਮਾਰ ਇਹ ਭੀ ਦਾਤ ਤੇਰੀ। ਕਿੰਨੀ ਚੜ੍ਹਦੀ ਕਲਾ ਹੋਏਗੀ ਉਸ ਜ਼ਿੰਦਗੀ 'ਚ ਜੇ ਸਿੱਖ ਇੱਥੇ ਜੇ ਆ ਕੇ ਖੜ ਜਾਏ ਵੀ ਕਸ਼ਟ ਮੁਸੀਬਤਾਂ ਦੁੱਖ ਔਕੜਾਂ ਦੁਨੀਆਂ ਦੀਆਂ ਸਿਰ 'ਤੇ ਟੁੱਟ ਕੇ ਪੈ ਜਾਣ, ਅਤੇ ਸਿੱਖ ਕਹੇ ਚੜ੍ਹਦੀ ਕਲਾ ਵਿੱਚੋਂ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਡਾਕਟਰ ਭਾਈ ਵੀਰ ਸਿੰਘ ਦੀ ਸਿੱਖੀ ਦੀ ਪਰਿਭਾਸ਼ਾ ਕਰਦੇ, ਮੈਂ ਇਹ ਵੀ ਇੱਕ ਬੇਨਤੀ ਕਰਦਾ ਚੌਂਕੀਦਾਰ ਹੋਣ ਦੇ ਨਾਤੇ, ਮੇਰੇ ਵੀਰੋ ਚੈਨਲ ਚੱਲ ਰਹੇ ਨੇ ਔਰ ਮੈਨੂੰ ਭਾਵੇਂ ਸਰਕਾਰ ਦੋਸ਼ੀ ਕਵੇ ਕੁਝ ਕਵੇ, ਮੈਂ ਇੱਕ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਜਿਹੜੇ ਕਰਜ਼ੇ ਕਰਕੇ ਢੈਂਦੀ ਕਲਾ 'ਚ ਜ਼ਿੰਦਗੀਆਂ ਗਵਾ ਰਹੇ, ਜਿਹਦੇ ਕੋਲ ਨਹੀਂ ਮੋੜਨ ਜੋਗਾ ਬਾਗੀ ਹੋ ਜਾਓ, ਨਹੀਂ ਦੇਣਾ ਨਹੀਂ ਦੇ ਸਕਦੇ, ਜੋ ਕਰਨਾ ਕਰ ਲਓ, ਜ਼ਿੰਦਗੀਆਂ ਨਾ ਗਵਾਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਮੇਰੀ ਹੱਥ ਬੰਨ ਕੇ ਬੇਨਤੀ ਹੈ, ਜਦੋਂ ਤੁਸੀਂ ਚਲੇ ਜਾਂਦੇ ਹੋ ਨਾ ਕਰਜ਼ੇ ਦੇ ਮਾਰੇ ਹੋਏ ਤੇ ਪਰਿਵਾਰ ਖਤਮ ਹੋ ਜਾਂਦਾ, ਉੱਜੜ ਜਾਂਦਾ, ਲੱਕ ਟੁੱਟ ਜਾਂਦਾ, ਜੋ ਵਿਗਾੜਨਾ ਇਹ ਲੋਕ ਵਿਗਾੜ ਲੈਣ, ਮੇਰਾ ਵੀ ਵਿਗਾੜ ਲੈਣ, ਮੈਂ ਕਹਿੰਦਾ ਪਿੰਡਾਂ 'ਚ ਬਾਗੀ ਹੋ ਜਾਓ, ਕੋਈ ਹੈ ਨਹੀਂ ਸਾਡੇ ਕੋਲ, ਜੋ ਕਰਨਾ ਕਰ ਲਓ, ਲੈ ਜਾਓ ਸਾਨੂੰ ਜੇਲ੍ਹ 'ਚ, ਅਸੀਂ ਆਪਣੇ ਨਹੀਂ ਕਰ। ਚੜ੍ਹਦੀ ਕਲਾ 'ਚ ਰਹਿਣਾ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ। ਕੀ ਹੋਇਆ, ਚਾਰ ਪੈਸੇ ਆ ਗਏ ਫਿਰ ਅਸੀਂ ਖੁਸ਼, ਚਲੇ ਗਏ ਤੇ ਅਸੀਂ ਦੁਖੀ, ਆਓ ਕਹਿੰਦੇ ਸ਼ੁਕਰਾਨਾ ਕਰੀਏ ਮੁਸੀਬਤਾਂ ਵਿੱਚ ਔਕੜਾਂ 'ਚ ਦੁੱਖਾਂ 'ਚ, ਜ਼ਿੰਦਗੀ ਨੂੰ ਮਾਨਣਾ ਸ਼ੁਰੂ ਕਰੋ। ਮਾਣ ਰਹੇ ਨੇ ਸਤਿਗੁਰੂ ਜੀ, ਮੁਸੀਬਤਾਂ ਵਿੱਚ ਵੀ ਮਾਣ ਰਹੇ ਨੇ, ਕਮਾਲ ਹੋ ਗਈ। ਕੀ ਸਿਖਾ ਰਹੇ ਕਲਗੀਧਰ ਪਿਤਾ, ਆਹ ਗੁਰਸਿੱਖ ਮੀਤ ਚਲੋ ਗੁਰਚਾਲੀ, ਆਈ ਉਹ ਸਫ਼ਰ ਸ਼ਹਾਦਤ, ਚਿਹਰੇ 'ਤੇ ਸ਼ਿਕਨ ਨਹੀਂ, ਸ਼ਿਕਵਾ ਨਹੀਂ, ਕੋਈ ਗਿਲਾ ਨਹੀਂ ਹੈ। ਜਪ ਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਜ਼ਰੂਰ ਥਾ, ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋਂ ਕੇ ਜ਼ੋਰ ਔਰ ਭੰਮ ਔਰ ਚੜ੍ਹਾ ਉਤਾਰ ਕਾ, ਮੌਕਾ ਮਿਲੇ ਤੋ ਕਰ ਲੈ ਭਜਨ ਕਿਰਦਗਾਰ ਕਾ, ਮਨਸਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਕਰ ਲੈ ਭਜਨ ਕਿਰਦਗਾਰ ਕਾ। ਅਤੇ ਉੱਥੇ ਪਤਾ ਕੀ ਹੋਇਆ, ਜੋਗੀ ਜੀ ਲਿਖਦੇ ਕਹਿੰਦੇ ਜਦੋਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਅਹਲੇ ਬੰਦਗੀ ਹੋਏ, ਜਬ ਨਾਨਕ ਕੇ ਜਾਨਸ਼ੀਨ ਖਾਲਸੇ ਪੇ ਟੂਟ ਪਰੇ ਕਈ ਲਾਈਨ, ਲਾਈਨ ਦਾ ਅਰਥ ਹੈ ਵੈਰੀ ਦੁਸ਼ਮਣ, ਉੱਧਰ ਗੁਰੂ ਕੇ ਖਾਲਸਾ ਪੰਥ ਜੀ ਬੰਦਗੀ ਵਿੱਚ ਲੀਨ ਹੋਏ। ਸੱਚਾ ਮੁਸਲਮਾਨ ਇਹ ਪ੍ਰਤਿਗਿਆ ਕਰਦਾ, ਇਹ ਕੌਲ ਪਾਲਦਾ, ਇਹ ਮਰਿਆਦਾ ਪਾਲਦਾ ਕਿ ਜਦੋਂ ਕੋਈ ਇਬਾਦਤ 'ਚ ਜੁੜਿਆ ਹੋਵੇ, ਜਦੋਂ ਕੋਈ ਨਵਾਜ਼ ਅਦਾ ਕਰ ਰਿਹਾ ਹੋਵੇ, ਇਹ ਅੱਗੋਂ ਦੀ ਨਹੀਂ ਗੁਜ਼ਰਦਾ, ਉਹ ਕਹਿੰਦਾ ਇਹਦੀ ਸੁਰਤ ਨਾ ਭੰਗ ਹੋ ਜੇ। ਸੱਚੇ ਮੁਸਲਮਾਨ ਦਾ ਇਹ ਧਰਮ ਹੈ, ਇਹਨਾਂ ਦਾ ਤਾਂ ਇਮਾਨ ਹੀ ਕੋਈ ਨਹੀਂ ਸੀ। ਇਸ ਲਈ ਬੰਦਗੀ 'ਚ ਬੈਠੇ ਨਾਨਕ ਦੇ ਜਾਨ ਨਸ਼ੀਨ, ਅੱਲਾ ਜਾਰਖਾਂ ਜੋਗੀ ਕਹਿੰਦੇ, ਅਤੇ ਇਹ ਲਾਂਤੀਆਂ ਨੇ ਆ ਕੇ ਹੱਲਾ ਬੋਲ ਦਿੱਤਾ, ਤਾਬੜ ਤੋੜ ਹੱਲਾ ਹੋਇਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਗੁਰੂ ਕਾ ਬੇਟਾ ਰੰਗਰੇਟਾ, ਗੁਰੂ ਕਾ ਬੇਟਾ ਭਾਈ ਜੈਤਾ, ਸਾਹਿਬਾਂ ਦੇ ਗਲ ਨਾਲ ਲੱਗਣ ਵਾਲੇ, ਇਹ ਕਿੱਡੀਆਂ ਵੱਡੀਆਂ ਰਹਿਮਤਾਂ ਨੇ ਜਿਹੜੀਆਂ ਸਿੱਖਾਂ ਨੂੰ ਮਿਲੀਆਂ। ਕਦੀ ਗਲ ਨਾਲ ਲਾ ਕੇ ਸਾਹਿਬ ਆਪਣੇ ਪਿਆਰੇ ਨੂੰ ਕਹਿੰਦੇ ਨਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਇੱਦਾਂ ਭਾਈ ਸਾਹਿਬ ਭਾਈ ਬਚਿੱਤਰ ਜੀਵਨ ਸਿੰਘ ਜੀ ਨੂੰ ਗਲ ਨਾਲ ਲਾਇਆ ਸੀ, ਉਹ ਸੀਨਾ ਤਾਣ ਕੇ ਲੜ ਰਹੇ ਸਨ। ਸਰਸਾ ਪਾਰ ਕਰਨ ਦਾ ਵੇਲਾ ਆਇਆ ਅਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਚੱਲਦੇ ਭਾਈ ਉਦੇ ਸਿੰਘ ਜੀ ਨੂੰ ਭੇਜਿਆ। ਇਤਿਹਾਸ ਦੇ ਤੱਥ ਨੇ ਸਾਧ ਸੰਗਤ, ਜਾਓ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਬੁਲਾ ਕੇ ਲਿਆਓ ਅਤੇ ਕਹਿਣਾ ਕਿ ਤੁਹਾਡਾ ਵੇਲਾ ਨਹੀਂ ਆਇਆ, ਕਹਿਣਾ ਕਿ ਤੁਹਾਡਾ ਵੇਲਾ ਨਹੀਂ ਆਇਆ। ਸਾਧ ਸੰਗਤ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ, ਮੇਰੇ ਮਨ 'ਚ ਸ਼ੰਕਾ ਆਇਆ ਵੀ ਜਦੋਂ ਸ਼ਹੀਦ ਹੋਣਾ ਮੁਕਰਰ ਹੈ ਅਤੇ ਸਤਿਗੁਰੂ ਜੀ ਅੰਦਰੋਂ ਤਿਆਰ ਵੀ ਨੇ, ਫਿਰ ਸ਼ਹੀਦੀ ਦਾ ਵਕਤ ਸੀ, ਸਤਿਗੁਰਾਂ ਬੁਲਾ ਕਿਉਂ ਲਿਆ? ਅਤੇ ਕਈ ਵਾਰੀ ਨਾ ਜਵਾਬ ਸਹਿਜ ਸੁਭਾਅ ਪ੍ਰਕਿਰਤੀ ਵਿੱਚੋਂ ਵੀ ਮਿਲ ਜਾਂਦੇ ਆ, ਕੁਦਰਤ ਵਿੱਚੋਂ ਵੀ ਮਿਲ ਜਾਂਦੇ ਆ, ਲਿਖਤਾਂ ਵਿੱਚੋਂ ਵੀ ਮਿਲ ਜਾਂਦੇ। ਅੱਲਾ ਯਾਰ ਖਾਂ ਜੋਗੀ ਜੀ ਦੇ ਜਜ਼ਬਾਤਾਂ ਵਿੱਚੋਂ, ਉਹਦੀ ਫੀਲਿੰਗ ਵਿੱਚੋਂ ਜਵਾਬ ਮਿਲਿਆ, ਜਦੋਂ ਕਹਿੰਦੇ ਚਮਕੌਰ ਸਾਹਿਬ ਪਹੁੰਚੇ ਸੀ ਅਤੇ ਹਜ਼ੂਰ ਨੇ ਆਖਿਆ ਸੀ, ਜਿਸ ਖਿੱਤੇ ਮੈਂ ਕਹਿਤੇ ਥੇ ਆਨਾ ਯੇ ਵਹੀ ਹੈ, ਹੈ ਬੇਟੋਂ ਕੋ ਯਹਾਂ ਕਟਾਨਾ ਯੇ ਵਹੀ ਹੈ, ਹੈ ਲੁੱਟ ਕੇ ਯਹਾਂ ਸੇ ਜਾਣਾ ਯੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਣਾ ਯੇ ਵਹੀ ਹੈ।
ਤੇ ਫਿਰ ਪਤਾ ਲੱਗਿਆ ਵੀ ਆ ਗਿਆ ਆਹ ਅਜੀਤ ਸਿੰਘ ਤੇਰਾ ਜੇ ਵਕਤ ਨਹੀਂ ਆਇਆ ਤੇਰਾ ਜੇ ਟਿਕਾਣਾ ਨਹੀਂ ਆਇਆ ਜਿਹੜੀ ਧਰਤੀ ਤੇ ਤੇਰਾ ਸਮਾਂ ਲਿਖਿਆ ਉਹ ਧਰਤੀ ਤੈਨੂੰ ਉਡੀਕ ਰਹੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਹਜ਼ੂਰ ਸਰਸਾ ਪਾਰ ਅੱਜ ਸਵੇਰੇ ਅੱਜ ਬਸ ਸੁਰਤ ਨੂੰ ਟਿਕਾ ਲਿਓ ਪਿਛਲੇ ਪਾਸੇ ਵਾਰ ਦੁਸ਼ਮਣ ਦੀ ਅੱਠ ਮਹੀਨਿਆਂ ਦਾ ਘੇਰਾ ਅਗਲੇ ਪਾਸੇ ਸਰਸਾ ਦੇ ਲਫੇੜਿਆਂ ਚੋਂ ਨਿਕਲੇ ਤੇ ਅੱਗੋਂ ਰੋਪੜ ਦੇ ਰੰਗੜਾਂ ਦਾ ਹਮਲਾ ਸਾਰੀਆਂ ਮੁਸੀਬਤਾਂ ਨੂੰ ਹਿੱਕ ਡਾ ਕੇ ਚੀਰਦੇ ਹੋਏ ਗੁਰੂ ਕਾ ਖਾਲਸਾ ਭਾਈ ਉਦੇ ਸਿੰਘ ਜੀ ਟਾਕਰਾ ਕਰ ਰਹੇ ਰੋਪੜ ਦੇ ਰੰਗੜਾਂ ਦਾ ਭਾਈ ਜੀਵਨ ਸਿੰਘ ਜੀ ਸਰਸਾ ਤੋਂ ਪਾਰਲੇ ਪਾਸੇ ਸ਼ਹੀਦ ਹੋ ਗਏ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਚੌਂਕੀਦਾਰ ਹੋਣ ਦੇ ਨਾਤੇ ਸਾਡੇ ਇਤਿਹਾਸ ਦੇ ਨਾਲ ਵੀ ਥੋੜ੍ਹਾ ਜਿਹਾ ਵਿਗਾੜ ਹੋ ਰਿਹਾ ਇਤਿਹਾਸ ਨੂੰ ਕਿਤੇ ਦਾ ਇਤਿਹਾਸ ਹੈ ਅਤੇ ਕਿਤੇ ਉਹਨੂੰ ਪੇਸ਼ ਕੀਤਾ ਜਾ ਰਿਹਾ ਬਾਬਾ ਜੀਵਨ ਸਿੰਘ ਜੀ ਸਰਸਾ ਤੋਂ ਪਾਰਲੇ ਪਾਸੇ ਸ਼ਹੀਦ ਹੋਏ ਭਾਈ ਉਦੇ ਸਿੰਘ ਜੀ ਸਰਸਾ ਤੋਂ ਉਰਲੇ ਪਾਸੇ ਰੋਪੜ ਦੇ ਰੰਗੜਾਂ ਨਾਲ ਹਮਲਾ ਦੋ ਹੱਥ ਕਰਦੇ ਸ਼ਹੀਦ ਹੋਏ ਬਾਬਾ ਸੁਰਿੰਦਰ ਸਿੰਘ ਜੀ ਹੋਰਾਂ ਨੇ ਉਹ ਬੜੇ ਤੱਥ ਖੋਜੇ ਨੇ ਔਰ ਇਹ ਵੀ ਪੰਥ ਦੀ ਬੜੀ ਵੱਡੀ ਸੇਵਾ ਹੈ ਬਹੁਤ ਵੱਡੀ ਸੇਵਾ ਕੌਮ ਦੇ ਇਸ ਖੋਜੀ ਸ਼ਖਸੀਅਤ ਨੇ ਕੀਤੀ ਅਸੀਂ ਇਹਨਾਂ ਦੇ ਰਿਣੀ ਹਾਂ ਸਾਧ ਸੰਗਤ ਔਰ ਸਭ ਤੋਂ ਕਮਾਲ ਦੀ ਗੱਲ ਜਿਹੜੀ ਕੌਮ ਦੀ ਝੋਲੀ 'ਚ ਪਈ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਮੁੱਚੇ ਪੰਥ ਨੂੰ ਬੇਨਤੀ ਕਰਦਾ ਮੈਂ ਲਗਾਤਾਰ ਜਿੱਦਣ ਦੀ ਸੇਵਾ ਕਰ ਰਿਹਾ ਪੋਹ ਤੋਂ ਉੱਦਣ ਦਾ ਹੀ ਅਰਜ਼ ਕਰਦਾ ਆ ਰਿਹਾ ਕਿ ਜਿੱਥੇ ਪੰਥ ਦੀ ਮਾਂ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਨੇ ਰਾਤ ਕੱਟੀ ਸੱਤ ਪੋਹ ਦੀ ਉਹ ਧਰਤੀ ਬੜੀ ਸਿਰ ਤੋੜ ਯਤਨ ਕੀਤੇ ਜਾ ਰਹੇ ਸੀ ਵੀ ਕਿੱਥੇ ਕਿਸ ਥਾਂ 'ਤੇ ਰਾਤ ਕੱਟੀ ਅਤੇ ਕਮਾਲ ਦੇ ਖੋਜੀ ਤੱਤ ਜਿਹੜੇ ਨੇ ਨਾ ਸਾਹਮਣੇ ਆਏ ਆ ਪੰਥ ਨੂੰ ਮੈਂ ਬੇਨਤੀ ਕਰਦਾ ਵੇਖੋ ਸੇਵਾ ਇਕੱਲੀ ਜੋੜੇ ਝਾੜ ਕੇ ਲੰਗਰ ਲਾ ਕੇ ਨਹੀਂ ਕੌਮ ਦੀ ਬੜੀ ਸੂਖਮਤਾ ਨਾਲ ਬੜੇ ਬੜੇ ਅਦ੍ਰਿਸ਼ਟ ਲੋਕ ਰਹਿ ਜਾਂਦੇ ਜਿਹੜੀ ਸੇਵਾ ਕਰ ਰਹੇ ਉਹਨਾਂ ਦਾ ਚੇਤਾ ਹੀ ਨਹੀਂ ਲੋਕਾਂ ਨੂੰ ਰਹਿੰਦਾ ਕਈ ਵਾਰੀ ਸੋ ਇਸ ਸਥਾਨ ਦੇ ਉੱਤੇ ਸੇਵਾ ਜਿਹੜੀ ਸਾਰੀ ਜ਼ਿੰਮੇਵਾਰੀ ਪ੍ਰਬੰਧਕਾਂ ਦੇ ਨਾਲ ਸਾਰੇ ਪ੍ਰਬੰਧਕ ਵੀ ਮੈਂ ਇਹਨਾਂ ਦੇ ਰਿਣੀ ਹਾਂ ਵੀ ਇਹ ਬੜਾ ਸਤਿਕਾਰ ਕਰਦੇ ਉਹਨਾਂ ਦੇ ਸਹਿਯੋਗੀ ਸਾਰੇ ਇੱਥੇ ਵਕੀਲ ਸਾਹਿਬ ਬਾਕੀ ਸਾਥੀ ਬੈਠੇ ਬਾਬਾ ਸੁਰਿੰਦਰ ਸਿੰਘ ਜੀ ਦਾ ਅਤੇ ਉਹ ਸਥਾਨ ਆਪਾਂ ਜਾ ਕੇ ਸਾਰੇ ਦਰਸ਼ਨ ਕਰ ਲਏ ਜਿੱਥੇ ਮਾਤਾਵਾਂ ਨੇ ਰਾਤ ਕੱਟੀ ਸੀ ਇੰਨੀ ਖੂਬਸੂਰਤ ਬਿਲਡਿੰਗ ਹੈ ਦੋ ਛਿੰਨ ਅੰਦਰ ਚੌਂਕੜਾ ਲਾ ਕੇ ਵੇਖਿਓ ਉੱਥੋਂ ਦੀਆਂ ਕੰਧਾਂ ਵਿੱਚੋਂ ਵੀ ਤੁਹਾਨੂੰ ਮਮਤਾ ਦਾ ਨਿੱਘ ਨਸੀਬ ਹੋਏਗਾ ਯਕੀਨ ਕਰਨਾ ਗੁਰਮੁਖੋ ਦਰਸ਼ਨ ਜ਼ਰੂਰ ਕਰਿਓ ਉੱਚਾ ਖੇੜਾ ਮਹੱਲਾ ਹੈ ਰੋਪੜ ਦੇ ਵਿੱਚ ਉੱਥੇ ਗੇਟ ਬਣਿਆ ਬਾਲਮੀਕ ਗੇਟ ਅੰਦਰ ਜਾ ਕੇ ਔਰ ਇੰਨੀ ਖੂਬਸੂਰਤ ਬਿਲਡਿੰਗ ਹੈ ਨਾ ਕਿ ਬਿਲਡਿੰਗ ਵੇਖਦੇ ਅਚਰਜ ਰਹਿ ਜਾਓ ਬਸ ਛੱਤ ਥੋੜ੍ਹੀ ਚੇਂਜ ਕੀਤੀ ਹੈ ਬਾਕੀ ਉਹੀ ਦੀਵਾਰਾਂ ਗੁਰੂ ਘਰ ਦੇ ਅਨੰਨ ਸੇਵਾਦਾਰ ਰਾਮ ਸ਼ਰਨ ਖੱਤਰੀ ਦਾ ਉਹ ਘਰ ਸੀ ਅਤੇ ਇਹ ਵੀ ਇਤਿਹਾਸ ਦੇ ਤੱਥ ਜਿਹੜੇ ਨੇ ਨਾ ਇਸ ਪਾਸੇ ਇਸ਼ਾਰਾ ਕਰਦੇ ਨੇ ਇਹ ਰਾਮ ਸ਼ਰਨ ਖੱਤਰੀ ਸ਼ਾਇਦ ਉਹੀ ਹੈ ਜਿਹੜਾ ਰਾਜਾ ਰਾਮ ਗੁਰੂ ਹਰਕ੍ਰਿਸ਼ਨ ਜੀ ਦੀ ਸ਼ਰਨ 'ਚ ਆਇਆ ਜਿਹੜੇ ਇਤਿਹਾਸ ਦੇ ਸਰੋਤੇ ਨੇ ਉਹਨਾਂ ਨੂੰ ਸਾਰੀਆਂ ਅੱਖਾਂ 'ਤੇ ਸੀਨ ਆ ਗਿਆ ਮੈਂ ਬਹੁਤਾ ਸਮਾਂ ਇਸ ਪਾਸੇ ਨਹੀਂ ਲੈਣਾ ਇੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਚਰਨ ਪਾਏ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਰਨ ਪਾਏ ਔਰ ਇਹ ਵੀ ਇਤਿਹਾਸਕਾਰ ਬਾਬਾ ਸੁਰਿੰਦਰ ਸਿੰਘ ਜੀ ਦੱਸਦੇ ਕਿ ਗੁਰੂ ਹਰ ਰਾਏ ਸਾਹਿਬ ਜੀ ਨੇ ਵੀ ਚਰਨ ਪਾਏ ਅੱਜ ਮਾਤਾਵਾਂ ਨੇ ਚਰਨ ਪਾਏ ਉੱਥੇ ਭਾਈ ਜਵਾਹਰ ਸਿੰਘ ਭਾਈ ਧੰਨਾ ਸਿੰਘ ਦਿੱਲੀ ਵਾਲੇ ਅਤੇ ਭਾਈ ਜਵਾਹਰ ਸਿੰਘ ਜੀ ਦੇ ਰਿਸ਼ਤੇਦਾਰ ਨੇ ਭਾਈ ਰਾਮ ਸ਼ਰਨ ਜੀ ਇਸ ਲਈ ਜਵਾਹਰ ਸਿੰਘ ਜੀ ਮਾਤਾਵਾਂ ਨੂੰ ਲੈ ਕੇ ਉੱਥੇ ਗਏ ਸਾਧ ਸੰਗਤ ਨਾਲ ਭਾਈ ਮਨੀ ਸਿੰਘ ਜੀ ਨੇ ਚਾਰ ਟਹਿਲਣਾਂ ਵਿੱਚੋਂ ਦੋ ਟਹਿਲਣਾਂ ਨਾਲ ਨੇ ਮਾਤਾਵਾਂ ਦੇ ਬੀਬੋ ਅਤੇ ਪੂਪਾ ਦੋ ਟਹਿਲਣਾਂ ਬੀਬੀ ਬਸੰਤ ਕੌਰ ਅਤੇ ਬੀਬੀ ਅਨੂਪ ਕੌਰ ਇਹ ਜਾਪਦਾ ਵੀ ਇਹ ਅੰਮ੍ਰਿਤਧਾਰੀ ਸਿੰਘਣੀਆਂ ਨੇ ਜੋ ਇਤਿਹਾਸ ਦੇ ਤੱਥ ਸਾਡੇ ਸਾਹਮਣੇ ਰੱਖੇ ਖੋਜ ਕੇ ਉਹਨਾਂ ਦੇ ਅਨੁਸਾਰ ਇਹਨਾਂ ਬੀਬੀਆਂ ਨੇ ਸ਼ਸਤਰ ਪਕੜੇ ਹੋਏ ਆ ਕਲਗੀਧਰ ਦੀਆਂ ਧੀਆਂ ਨੇ ਮੇਰੀ ਉਹ ਭੈਣੋ ਬੱਚਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਤਿਹਾਸ ਵਿੱਚ ਆਉਂਦਾ ਇੱਕ ਦਿਨ ਸਤਿਗੁਰੂ ਜੀ ਨੇ ਆਪਣੀ ਧੀ ਨੂੰ ਆਪਣੀ ਬੱਚੀ ਨੂੰ ਸੰਗਤ 'ਚ ਖੜਿਆ ਕਰਕੇ ਇੰਨਾ ਸਨਮਾਨ ਦਿੱਤਾ ਮਹਾਰਾਜ ਕਹਿੰਦੇ ਮੈਂ ਆਪਣੀ ਇਸ ਧੀ ਉੱਤੇ ਪ੍ਰਸੰਨ ਹਾਂ ਇਹਨੇ ਖਾਲਸਾ ਪੰਥ ਦੇ ਤੱਤ ਗਿਆਨ ਨੂੰ ਸਮਝ ਲਿਆ ਅਤੇ ਜੇ ਤੁਹਾਡਾ ਜੀ ਕਰਦਾ ਨਾ ਵੀ ਤੁਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਹਿਮਤਾਂ ਦੇ ਪਾਤਰ ਇੱਦਾਂ ਬਣਨਾ ਅਤੇ ਉਸ ਧੀ ਵਾਲਾ ਗੁਣ ਆਪਣੇ 'ਚ ਲਿਆਇਓ ਬੀਬੀ ਦੀਪ ਕੌਰ ਇਹਦਾ ਨਾਂ ਸੀ ਮਾਝੇ ਤੋਂ ਸੰਗਤ ਤੁਰੀ ਸੀ ਅਤੇ ਚਾਰ ਪਠਾਣਾਂ ਨੇ ਨਾ ਕਾਫਲੇ ਤੋਂ ਇਕੱਲੀ ਤੁਰੀ ਜਾਂਦੀ ਬੀਬੀ ਨੂੰ ਘੇਰ ਲਿਆ ਇਕੱਲੀ ਜਾਣ ਕੇ ਅਬਲਾ ਜਾਣ ਕੇ ਅਤੇ ਇਸ ਬੀਬੀ ਨੇ ਅੱਖੀ ਦੀ ਫੁਰਤੀ ਦੇ ਨਾਲ ਆਪਣੇ ਗਾਤਰਿਓਂ ਸ੍ਰੀ ਸਾਹਿਬ ਧੂ ਕੇ ਇੱਕ ਦਾ ਗਰਦਨ ਅਲੱਗ ਕਰ ਦਿੱਤੀ ਧੌਣ ਤੋਂ ਇੱਕ ਨੂੰ ਜ਼ਖਮੀ ਕਰ ਦਿੱਤਾ ਇੱਕ ਭੱਜ ਗਿਆ ਅਤੇ ਤੀਜੇ ਦੀ ਛਾਤੀ 'ਤੇ ਗੋਡਾ ਰੱਖ ਕੇ ਬੈਠੀ ਇਹਨਾਂ ਨੂੰ ਸਿੰਘ ਪਹੁੰਚ ਗਏ ਪਿੱਛੇ ਉਹਨਾਂ ਨੇ ਇਹ ਪਠਾਨ ਵੀ ਮਾਰਿਆ
ਤੇ ਜਦੋਂ ਹਜ਼ੂਰ ਕਲਗੀਧਰ ਪਾਤਸ਼ਾਹ ਕੋਲ ਗਏ ਨਾ ਤੇ ਸਿੱਖਾਂ ਨੇ ਦੱਸਿਆ ਮਹਾਰਾਜ ਅੱਜ ਆਹ ਕੌਤਕ ਵਰਤਿਆ ਤੇ ਸਾਹਿਬ ਨੇ ਕਿਹਾ ਮੈਂ ਆਪਣੀਆਂ ਧੀਆਂ ਨੂੰ ਦੂਜਿਆਂ ਦੀਆਂ ਰੱਖਿਆ ਕਰਨ ਦੇ ਮੁਥਾਜ ਨਹੀਂ ਕੀਤਾ ਬਲਕਿ ਇੰਨਾ ਬਲ ਭਰਿਆ ਇਹ ਦੂਜਿਆਂ ਦੀ ਰੱਖਿਆ ਕਰਿਆ ਕਰਨਗੀਆਂ। ਇਹ ਰੱਖਿਆ ਬੰਧਨ ਦੇ ਧਾਗੇ ਜੇ ਬੰਨ ਬੰਨ ਕੇ ਨਾ ਇਹ ਰੱਖਿਆ ਬੰਧਨ ਦੇ ਧਾਗੇ ਜੇ ਬੰਨ ਬੰਨ ਕੇ ਰੱਖਿਆ ਦੇ ਪ੍ਰਣ ਨਾ ਲਓ, ਆਪਣੇ ਅੰਦਰ ਜਜ਼ਬਾ ਪੈਦਾ ਕਰੋ। ਮਾਈ ਭਾਗੋ ਦੀਆਂ ਵਾਰਸਾਂ ਤੁਸੀਂ, ਮਾਂ ਗੁਜਰੀ ਜੀ ਤੁਹਾਡੀ ਅਗਵਾਈ ਕਰ ਰਹੇ ਆ, ਤੁਸੀਂ ਮਾਂ ਗੁਜਰੀ ਜੀ ਦੀਆਂ ਧੀਆਂ ਹੋ, ਮਾਤਾ ਸਾਹਿਬ ਕੌਰ ਤੁਹਾਡੇ ਵਾਸਤੇ ਆਈਡੀਅਲ ਨੇ। ਇਸ ਪਾਸਿਓਂ ਸਾਡਾ ਜਿਹੜਾ ਹਸ਼ਰ ਅੱਜ ਸਮਾਜ ਦਾ ਵੇਖ ਰਹੇ ਹਾਂ, ਸ਼ੁਕਰ ਹੈ ਜਦੋਂ ਇਹ ਬੱਚੀਆਂ ਸੋਹਣੇ ਸਰੂਪਾਂ 'ਚ ਸਿੱਖੀ ਸਰੂਪ 'ਚ ਸਜੀਆਂ ਦਿਸਦੀਆਂ। ਵਾਹਿਗੁਰੂ ਕਰੇ ਇਹ ਨੌਜਵਾਨ ਪੀੜ੍ਹੀ ਇਸੇ ਲਹਿਰ ਵਿੱਚ ਰੰਗੀ ਜਾਵੇ। ਬੜੇ ਸਾਰਥਕ ਨਤੀਜੇ ਨਿਕਲ ਰਹੇ ਸਾਧ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਰਸਾ ਪਾਰ ਕਰਦੇ ਆ, ਮਾਤਾਵਾਂ ਵੱਖ ਹੋ ਜਾਂਦੀਆਂ, ਕਲਗੀਧਰ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਵੱਖਰੇ ਨੇ, ਪੰਜੇ ਪਿਆਰੇ ਤੇ 35 ਕੁ ਸਿੰਘ ਹੋਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੰਜੇ ਪਿਆਰੇ। ਉਸ ਨਿਹੰਗ ਖਾਂ ਪਠਾਨ ਨੂੰ ਮੈਂ ਜ਼ਰੂਰੀ ਨਮਸਕਾਰ ਕਰਾਂਗਾ ਸਾਧ ਸੰਗਤ। ਨੌਰੰਗ ਖਾਂ ਦਾ ਪੁੱਤਰ, ਜਿਹੜਾ ਖਾਨਦਾਨ ਛੇਵੇਂ ਪਾਤਸ਼ਾਹ ਹਜ਼ੂਰ ਦੇ ਵੇਲੇ ਸਾਹਿਬਾਂ ਦੇ ਚਰਨਾਂ ਨਾਲ ਜੁੜਿਆ, ਖੁਦਾ ਦੇ ਇਬਾਦਤਗਾਰ, ਸੱਚੇ ਮੁਸਲਮਾਨ, ਅੱਲਾ ਦੀ ਇਬਾਦਤ ਕਰਨ ਵਾਲੇ, ਬੰਦਗੀ ਕਰਨ ਵਾਲੇ, ਤੇ ਗੁਰੂ ਸਾਹਿਬ ਨਾਲ ਇੰਨਾ ਪਿਆਰ ਕਿ ਇਹ ਪੁਸ਼ਤਾਂ ਤੋਂ ਗੁਰੂ ਘਰ ਦੇ ਪ੍ਰੀਤਵਾਨ ਨੇ। ਕਿੱਡਾ ਵੱਡਾ ਜਿਗਰਾ ਹੋਏਗਾ ਕਿ ਔਰੰਗਜ਼ੇਬ ਦੇ ਕਹਿਰ ਤੋਂ ਬੇਖੌਫ ਹੋ ਕੇ ਨਿਹੰਖਾਂ ਕਹਿੰਦਾ ਮਹਾਰਾਜ ਮੇਰੇ ਘਰ ਚਰਨ ਪਾਓ। ਔਰੰਗਜ਼ੇਬ ਉਹ ਕਹਿਰਵਾਨ ਹੈ ਜਿਹੜਾ ਪੁੱਤ ਮਰਵਾ ਦਿੰਦਾ, ਪਿਓ ਮਰਵਾਉਂਦਾ, ਭਰਾ ਮਰਵਾਉਂਦਾ। ਈਦ ਵਾਲੇ ਦਿਨ ਮੁਸਲਮਾਨ ਵੀਰ ਦੁਸ਼ਮਣਾਂ ਨੂੰ ਗਲੇ ਲਾ ਲੈਂਦੇ, ਸ਼ਿਕਵੇ ਭੁਲਾ ਕੇ ਤੋਹਫੇ ਦਿੰਦੇ ਇੱਕ ਦੂਜੇ ਨੂੰ, ਤੇ ਪਿਓ ਕੈਦ ਪਏ ਨੂੰ ਔਰੰਗਜ਼ੇਬ ਨੇ ਨਾ ਸ਼ਾਹਜਹਾਨ ਨੂੰ ਥਾਲੀ ਦੇ ਵਿੱਚ ਕੱਪੜੇ ਨਾਲ ਢੱਕ ਕੇ ਤੋਹਫਾ ਭੇਜਿਆ, ਤੇ ਪਿਤਾ ਖੁਸ਼ ਹੋਇਆ ਵੀ ਸ਼ਾਇਦ ਪੁੱਤ ਦੇ ਮਨ 'ਚ ਰਹਿਮ ਆ ਗਿਆ, ਹੁਣ ਮੈਨੂੰ ਕੈਦ ਵਿੱਚੋਂ ਕੱਢ ਲਏਗਾ। ਈਦ ਵਾਲੇ ਦਿਨ ਸਾਰੇ ਸ਼ਿਕਵੇ ਭੁਲਾ ਦਿੱਤੇ ਨੇ। ਉਹ ਛੇਤੀ ਨਾਲ ਕੱਪੜਾ ਚੁੱਕ ਕੇ ਤੋਹਫਾ ਵੇਖਦਾ ਤੇ ਵੱਡੇ ਪੁੱਤਰ ਦਾ ਸਿਰ ਵੱਢ ਕੇ ਥਾਲੀ 'ਚ ਰੱਖਿਆ ਹੋਇਆ। ਏਡਾ ਜ਼ਾਲਮ ਸੀ ਔਰੰਗਜ਼ੇਬ, ਪਰ ਕਿੰਨੇ ਪ੍ਰੀਤ ਵਾਲੇ ਨੇ ਜਿਹੜੇ ਸਿਦਕ ਨਿਭਾਉਣ ਵਾਲੇ ਨੇ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸਾਧ ਸੰਗਤ, ਨਿਹੰਗ ਖਾਂ ਕਹਿੰਦੇ ਮੈਂ ਨਤੀਜਿਆਂ ਤੋਂ ਬੇਖੌਫ ਹਾਂ। ਨਰੰਗ ਖਾਂ ਦਾ ਪੁੱਤਰ, ਇਹਦਾ ਪੁੱਤਰ ਆਲਮ ਖਾਨ, ਜਿਹੜਾ ਰਾਏ ਕੱਲੇ ਦੀ ਧੀ ਨੂੰ ਮੰਗਿਆ ਹੋਇਆ। ਰਾਏ ਕੱਲੇ ਕੋਲ ਐਵੇਂ ਨਹੀਂ ਸਤਿਗੁਰ ਜੀ ਚਲੇ ਗਏ ਸਾਧ ਸੰਗਤ, ਚੌਥੀ ਵਾਰੀ ਹਜ਼ੂਰ ਨੇ ਇਹਦੇ ਘਰ ਚਰਨ ਪਾਏ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ। ਸੋ ਸੱਚੇ ਪਾਤਸ਼ਾਹ ਹਜ਼ੂਰ ਇਹਦੇ ਘਰ ਠਹਿਰਦੇ ਨੇ। ਜ਼ਖਮੀ ਸਿੰਘਾਂ ਦਾ ਮਹਾਰਾਜ ਜੀ ਆਹਰ ਕਰਦੇ ਆ। ਭਾਈ ਬਚਿੱਤਰ ਸਿੰਘ ਜੀ ਜ਼ਿਆਦਾ ਜ਼ਖਮੀ ਸਨ, ਇਸ ਲਈ ਉਹਨਾਂ ਦੀ ਸ਼ਹਾਦਤ ਦਾ ਵਕਤ ਨੇੜੇ ਜਾਣ ਕੇ ਇਹਨਾਂ ਨੂੰ ਇੱਥੇ ਰਹਿਣ ਦਿੱਤਾ, ਕੋਟਲਾ ਨਿਹੰਗ ਖਾਂ ਦੇ ਘਰ। ਅਤੇ ਭਾਈ ਜ਼ੋਰਾਵਰ ਸਿੰਘ ਜੀ ਵਾਸੀ ਬੱਸੀ ਪਠਾਣਾ, ਗੁਰੂ ਸਾਹਿਬ ਜੀ ਦੇ ਪਾਲੇ ਹੋਏ, ਜਿਨ੍ਹਾਂ ਦੇ ਮਾਤਾ ਸੁਭਿੱਖੀ ਜੀ, ਪਿਤਾ ਭਾਈ ਨੱਥੂ ਰਾਮ ਲੋਟਾ, ਇਹਨਾਂ ਨੂੰ ਗੱਡੇ ਵਿੱਚ ਲੱਦਿਆ। ਭਾਈ ਗੁਰਸਾ ਸਿੰਘ ਅਤੇ ਬੱਗਾ ਸਿੰਘ ਹੋਣਾ ਸਤਿਗੁਰਾਂ ਦੇ ਹੁਕਮ ਨਾਲ, ਅਤੇ ਡਢੇੜੀ ਪਿੰਡ ਬੀਬੀ ਭੂਪਾ ਇਹਨਾਂ ਦੀ ਰਿਸ਼ਤੇ 'ਚ ਭੂਆ ਸੀ, ਉੱਥੇ ਲੈ ਕੇ 6 ਮਹੀਨੇ ਇਲਾਜ ਹੋਇਆ। ਤਨ ਜਦੋਂ ਵੱਲ ਹੋਇਆ ਨਾ, ਅਤੇ ਫਿਰ ਇਹ ਜ਼ੋਰਾਵਰ ਸਿੰਘ ਜੀ ਹਜ਼ੂਰ ਨੂੰ ਦੱਖਣ ਨੂੰ ਜਾਂਦਿਆਂ ਰਸਤੇ 'ਚ ਮਿਲ ਪਏ ਚਿਤੌੜਗੜ੍ਹ ਦੇ ਅਸਥਾਨ ਦੇ ਉੱਤੇ। ਉੱਥੇ ਰਾਜਪੁਤਾਣੇ ਦੇ ਰਾਜਿਆਂ ਨਾਲ ਛੋਟੀ ਜਿਹੀ ਝੜਪ ਹੋਈ, ਉੱਥੇ ਸ਼ਹੀਦ ਹੋਏ, ਅਸਥਾਨ ਬਣਿਆ ਹੋਇਆ। ਅਤੇ ਮੇਰਾ ਇੱਕ ਮਨਸਾ ਹੈ, ਮੇਰੇ ਅੰਦਰ ਦੀ ਇੱਕ ਚਾਹਤ ਹੈ ਕਿ ਕੌਮ ਨੂੰ ਇੱਕ ਵਾਰੀ ਉਸ ਅਸਥਾਨ ਦੇ ਵੀ ਦੀਦਾਰ ਕਰਾਉਣੇ ਆ ਜਿੱਥੇ ਗੁਰੂ ਦੀ ਇੰਨੀ ਪਿਆਰ ਰੱਤੀ ਰੂਹ, ਜਿਹਨੂੰ ਗੁਰੂ ਨੇ ਆਪ ਪਾਲਿਆ, ਉਹ ਸਿੱਖ ਜ਼ੋਰਾਵਰ ਸਿੰਘ ਉੱਥੇ ਸ਼ਹੀਦ ਹੋਇਆ। ਮੈਨੂੰ ਪਤਾ ਸਾਡੇ 'ਚੋਂ ਕਿਸੇ ਨੇ ਨਹੀਂ ਉੱਥੇ ਜਾ ਕੇ ਜੇ ਸਥਾਨ ਵੇਖਿਆ ਹੋਵੇਗਾ। ਅਤੇ ਮੈਨੂੰ ਇੱਕ ਵਿਸ਼ਵਾਸ ਆ, ਜਦੋਂ ਮੈਂ ਕੋਈ ਸੁਪਨਾ ਲੈਂਦਾ ਨਾ ਇੱਦਾਂ ਦਾ, ਗੁਰੂ ਕਲਾ ਵਰਤਾ ਦਿੰਦੇ ਆ। ਅਤੇ ਸਾਡਾ ਵੀਰ ਹੈ ਭਾਈ ਕਮਲਪ੍ਰੀਤ ਸਿੰਘ ਸੋਨੂੰ ਵੀਰ ਜੀ, ਉਹ ਫਿਰ ਲੱਕ ਬੰਨ ਕੇ ਤੁਰ ਪੈਂਦਾ ਵੀ ਜਿਹੜਾ ਸੁਪਨਾ ਤੁਸੀਂ ਲਿਆ ਹੁਣ ਉਹਨੂੰ ਮੈਂ ਪੂਰਾ ਕਰਕੇ ਹਟਣਾ, ਉਹ ਨਹੀਂ ਰਾਤ ਸੌਂਦਾ ਫਿਰ। ਅਤੇ ਮੈਨੂੰ ਆਸ ਆ ਵੀ ਉਹ ਚਿਤੌੜਗੜ੍ਹ ਵੀ ਜਾ ਕੇ ਕੋਈ ਨਾ ਕੋਈ ਝੰਡੇ ਜ਼ਰੂਰ ਗੱਡ ਦੇਗਾ ਗੁਰੂ ਦੀ ਕਿਰਪਾ ਨਾਲ। ਇਹ ਸਾਡਾ ਇਤਿਹਾਸ ਹੈ ਸਾਧ ਸੰਗਤ, ਮੈਂ ਇਸ ਲਈ ਸਾਂਝਾ ਕਰ ਰਿਹਾ। ਸੱਚੇ ਪਾਤਸ਼ਾਹ ਹਜ਼ੂਰ ਨਿਹੰਗ ਖਾਂ ਦੇ ਘਰੋਂ ਤੁਰੇ ਨੇ। ਭਾਈ ਬਚਿੱਤਰ ਸਿੰਘ ਜੀ ਬਹੁਤ ਹੀ ਗੰਭੀਰ ਜ਼ਖਮੀ ਨੇ, ਐਨ ਸ਼ਹਾਦਤ ਦੀ ਸਰਦਲ 'ਤੇ ਖੜ੍ਹੇ ਨੇ। ਸਤਿਗੁਰੂ ਜੀ ਇੱਥੋਂ ਅੱਗੇ ਚਲੇ ਗਏ,
ਬਚਿੱਤਰ ਸਿੰਘ ਜੀ ਦੀ ਹਾਲਤ ਇੰਨੀ ਨਾਜ਼ੁਕ ਸੀ, ਨਹੀਂ ਸੀ ਲਿਜਾਇਆ ਜਾ ਸਕਦਾ, ਵਕਤ ਆਖਰੀ ਸੀ। ਨਿਹੰਗ ਖਾਂ ਦੇ ਸਪੁਰਦ ਕਰ ਦਿੱਤਾ। ਇੰਨੀ ਦੇਰ ਨੂੰ ਪਿੱਛੋਂ ਦੁਸ਼ਮਣ ਦਾ ਦਲ ਸੂਹ ਕੱਢ ਕੇ ਆ ਗਿਆ, ਘੇਰਾ ਘੱਤ ਲਿਆ, ਦਰਵਾਜ਼ੇ ਤੋੜਨ ਲੱਗੇ। ਕੌਣ ਹੈ? ਖੋਲੋ ਦਰਵਾਜ਼ਾ। ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ। ਕਿੰਨਾ ਬੇਖੌਫ ਹੋਏਗਾ ਰੱਬ ਨੂੰ ਜਪਣ ਵਾਲਾ। ਨਿਰਭਉ ਜਪੈ ਸਗਲ ਭਉ ਮਿਟੈ। ਉਹਨੇ ਦਰਵਾਜ਼ਾ ਬੰਦ ਕੀਤਾ ਅਤੇ ਆਪਣੀ ਧੀ ਬੀਬੀ ਮੁਮਤਾਜ਼ ਨੂੰ ਅੰਦਰ ਬਿਠਾ ਦਿੱਤਾ। ਆਖਰੀ ਸਾਹ ਨੇ ਅਤੇ ਕਿਤੇ ਸਿੱਖ ਦੀ ਸੁਰਤ 'ਚ ਵਿਘਨ ਨਾ ਪੈ ਜਾਵੇ, ਧੀਏ ਹੁਣ ਤੂੰ ਕੋਲ ਬੈਠੀ, ਮੈਂ ਉਨੀਆਂ ਘੜੀਆਂ ਦੁਸ਼ਮਣ ਇਹ ਦਲ ਨੂੰ ਰੋਕ ਕੇ ਰੱਖਾਂਗਾ। ਇਹਦੇ ਉੱਧਰ ਤਲਾਸ਼ੀ ਕਰਾਉਂਦਾ ਰਿਹਾ, ਸਮਾਂ ਗੁਜ਼ਰਦਾ ਰਿਹਾ। ਸ਼ਾਇਦ ਉਨੀ ਦੇਰ ਨੂੰ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਚੁੱਕੇ ਸੀ। ਪਰ ਜਦੋਂ ਕੋਤਵਾਲ ਸਿਪਾਹੀ ਫੌਜਦਾਰ ਦੰਦ ਨਾਂਦੇ ਉਸ ਦਰਵਾਜ਼ੇ ਅੱਗੇ ਆਏ ਜਿਹਨੂੰ ਕੁੰਡਾ ਲਾਇਆ ਸੀ, ਸ਼ੱਕ ਪੈ ਗਿਆ, ਇਹਨੂੰ ਖੋਲੋ, ਇਹ ਬੰਦ ਕਿਉਂ ਹੈ? ਇੱਦਾਂ ਹੀ ਬੋਲੀ ਬੋਲਦੇ ਹੁੰਦੇ ਸੀ। ਤੁਸੀਂ ਵੇਖਿਆ ਪਿਛਲਾ ਜਿਹੜਾ ਪੀਰੀਅਡ ਸੀ, ਜਦੋਂ ਘਰਾਂ ਦਾ ਚੱਪਾ ਚੱਪਾ ਛਾਨਣ ਆਉਂਦੇ ਸੀ ਤੇ ਕਿਹੜੀ ਅਦਬ ਦੀ ਬੋਲੀ ਬੋਲਦੇ ਸੀ? ਉਹ ਤੇ ਡਿਕਟੇਟਰ ਸੀ, ਇਹ ਤੇ ਫਿਰ ਲੋਕਤੰਤਰ ਸੀ। ਮਾੜੀ ਮੋਟੀ ਕੋਈ ਅੱਖਾਂ ਦੀ ਸ਼ਰਮ ਹੋਏਗੀ? ਕੋਈ ਰੱਬ ਦੇ ਭਾਉ ਵਾਲੇ ਵੀ ਹੁੰਦੇ ਆ ਨਾ, ਉਹ ਵੀ ਵਿੱਚ ਹੁੰਦੇ ਆ ਸਾਧ ਸੰਗਤ। ਐਸੇ ਵੀ ਹੋਣਗੇ ਜਿਹੜੇ ਕਲਗੀਆਂ ਵਾਲੇ ਸਾਹਿਬ ਤੋਂ, ਵੇਖੋ ਉਹਨਾਂ ਨੂੰ ਨਮਸਕਾਰ। ਉਹ ਵੀ ਤੇ ਇੱਕ ਸਿਪਾਹੀ ਸੀ ਨਾ, ਸੈਦ ਖਾਂ, ਬੀਬੀ ਨਸੀਰਾਂ ਦਾ ਭਰਾ ਹੈ, ਉਹ ਵੀ ਸਿਪਾਹੀ ਸੀ, ਉਹ ਵੀ ਇੱਕ ਫੌਜੀ ਸੀ। ਤੇ ਜਿੱਦਣ ਅੰਦਰ ਅਰਮਾਨ ਜਾਗੇ, ਅੰਦਰ ਗੁਰੂ ਦੀ ਹਜ਼ਰ ਕਲਾ ਵਰਤੀ, ਉਦਣ ਹੱਥਾਂ 'ਚੋਂ ਤਲਵਾਰਾਂ, ਨਫ਼ਰਤ ਦੀਆਂ ਛੁੱਟੀਆਂ ਅਤੇ ਤਸਬੀਆਂ ਆ ਗਈਆਂ ਸੀ। ਹੁਣ ਇਹ ਕਰੂਰ ਬੋਲੀ ਵਾਲੇ ਕਹਿੰਦੇ ਦਰਵਾਜ਼ਾ ਖੋਲੋ, ਕੌਣ ਹੈ ਅੰਦਰ? ਅਤੇ ਨਿਹੰਗ ਖਾਂ ਪਠਾਨ ਨੇ ਬਹੁਤ ਵੱਡਾ ਬਚਨ ਕਹਿ ਦਿੱਤਾ ਸੀ। ਇਹ ਸ਼ਬਦ ਇੱਕ ਮੁਸਲਮਾਨ ਵਾਸਤੇ ਕਹਿਣੇ ਬੜੇ ਔਖੇ ਸੀ। ਉਹਨੂੰ ਨਮਸਕਾਰ ਹੈ ਸਾਡੀ ਸਾਧ ਸੰਗਤ। ਉਹਨੇ ਕਿਹਾ ਅੰਦਰ ਮੇਰਾ ਧੀ ਅਤੇ ਜਵਾਈ ਹੈ। ਬੀਬੀ ਮੁਮਤਾਜ਼ ਦੇ ਕੰਨੀ ਬਚਨ ਪਏ, ਸਿੱਖ ਸ਼ਹੀਦ ਹੋ ਚੁੱਕਿਆ। ਜਦੋਂ ਫੌਜਦਾਰ ਪਰਤਿਆ, ਨਿਹੰਗਾਂ ਨੇ ਦਰਵਾਜ਼ਾ ਖੋਲ੍ਹਿਆ, ਸਿੱਖ ਉਸ ਭਾਈ ਬਚਿੱਤਰ ਸਿੰਘ ਜੀ ਜਿਹੜੀ ਢਾਲ ਸੀ ਨਾ, ਅੱਜ ਵੀ ਨਿਹੰਗ ਖਾਂ ਪਠਾਨ ਦੇ ਘਰ ਹੈਗੀ ਮੌਜੂਦ। ਦਰਸ਼ਨ ਕਰਿਓ ਕਿਤੇ। ਇਹ ਚੀਜ਼ਾਂ ਐਵੀਡੈਂਸ ਨੇ ਸਾਡੇ ਬੱਚਿਆਂ ਲਈ। ਸਿੱਖ ਚੈਨਲ, ਅਕਾਲ ਚੈਨਲ, ਸੰਗਤ ਚੈਨਲ, ਕੇ ਚੈਨਲ ਦੁਨੀਆ ਭਰ ਵਿੱਚ ਸੁਣਾ ਰਿਹਾ ਇਹ ਸਾਰਾ ਕੁਝ। ਗੁਰਬਾਣੀ ਚੈਨਲ, ਚੜ੍ਹਦੀ ਕਲਾ, ਟਾਈਮ ਟੀਵੀ, ਮੈਂ ਦੁਨੀਆ 'ਚ ਵਸਦੇ ਸਿੱਖਾਂ ਨੂੰ ਬੇਨਤੀ ਕਰਦਾ। ਵੇਖੋ, ਮੈਨੂੰ ਪਤਾ ਵਿਦੇਸ਼ਾਂ ਵਿੱਚ 25 ਦਸੰਬਰ ਬੱਚੇ ਇੰਟਰਟੇਨ ਕਰਦੇ ਆ, ਇੰਜੋਏ ਕਰਦੇ ਆ, ਠੀਕ ਹੈ। ਜਿਹੜੇ ਕਲਚਰ 'ਚ ਤੁਸੀਂ ਰਹਿ ਰਹੇ ਹੋ, ਆਪਣੇ ਆਂਢੀਆਂ ਗੁਆਂਢੀਆਂ ਦੀਆਂ ਖੁਸ਼ੀਆਂ 'ਚ ਸ਼ਾਮਿਲ ਹੋਣਾ ਚਾਹੀਦਾ, ਪਰ ਆਪਣੇ ਬੱਚਿਆਂ ਨੂੰ ਨਾ ਇੱਥੇ ਲੈ ਕੇ ਜ਼ਰੂਰ ਆਇਆ ਕਰੋ। ਇਹ ਛੋਟੇ ਛੋਟੇ ਚਿੰਨ੍ਹ ਉਹਨਾਂ ਨੂੰ ਐਨ ਸੁਰਜੀਤ ਕਰ ਦੇਣਗੇ ਇਤਿਹਾਸ ਮੌਕੇ ਦੇ, ਐਵੀਡੈਂਸ ਵੇਖ ਕੇ, ਗਵਾਹੀਆਂ ਵੇਖ ਕੇ। ਉਹ ਸ਼ਸਤਰ ਤੱਕ ਸੰਭਾਲੇ ਹੋਏ ਨੇ ਸਾਧ ਸੰਗਤ ਅੱਜ ਤੱਕ। ਗੁਰਦੁਆਰਾ ਭੱਠਾ ਸਾਹਿਬ ਜਿਹੜੇ ਟੁੱਟ ਕੇ ਮੇਰੇ ਸਤਿਗੁਰੂ ਜੀ ਨਿਹੰਗ ਖਾਂ ਨੂੰ ਦੇ ਕੇ ਗਏ। ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਨਿਹੰਗ ਖਾਂ ਦੇ ਘਰ ਹੋਇਆ ਤੇ ਬੀਬੀ ਮੁਮਤਾਜ਼ ਨੇ 125 ਵਰੇ ਉਮਰ ਭੋਗੀ ਆਖਿਆ, ਅੱਬਾ ਮੂੰਹੋਂ ਕਹਿ ਦਿੱਤਾ ਸੀ ਨਾ ਕਿ ਮੇਰਾ ਦਮਾਦ ਤੂੰ ਕਹਿ ਦਿੱਤਾ। ਇਹ ਹੁੰਦੀਆਂ ਸਬਰ ਵਾਲੀਆਂ ਧੀਆਂ, ਇਹ ਹੁੰਦੀਆਂ ਪਿਓ ਦੀ ਪੱਤ ਰੱਖਣ ਵਾਲੀਆਂ ਧੀਆਂ, ਪਿਓ ਦੇ ਕਹੇ ਬੋਲਾਂ ਨੂੰ ਪਗਾਉਣ ਵਾਲੀਆਂ ਧੀਆਂ, ਧਰਮੀ ਧੀਆਂ। ਆਖਿਆ, ਅੱਬਾ ਤੇਰੇ ਮੂੰਹੋਂ ਬੋਲ ਨਿਕਲੇ ਤੇ ਤੇਰੀ ਧੀ ਸਾਰੀ ਜ਼ਿੰਦਗੀ ਕਮਾਏਗੀ। ਜੇ ਤੂੰ ਦਮਾਦ ਤਸਲੀਮ ਕਰ ਲਿਆ ਤੇ ਮੈਂ ਹੁਣ ਹੋਰ ਨਿਕਾਹ ਨਹੀਂ ਕਰਾਵਾਂਗਾ। ਅੱਜ ਮੈਂ ਬੇਨਤੀ ਇਸ ਲਈ ਕਰ ਰਿਹਾ ਵੀ ਸੋਸ਼ਲ ਜ਼ਿੰਦਗੀ ਵੱਲ, ਆਪਣੀ ਜਿਹੜੀ ਸਮਾਜਿਕ ਜ਼ਿੰਦਗੀ ਹੈ ਨਾ, ਇਹਨੂੰ ਵੀ ਸਵਾਰ ਲਈਏ ਸਾਧ ਸੰਗਤ। ਇਹ ਵੀ ਗੁਰੂ ਦੀ ਚਾਲ ਦਾ ਹੀ ਹਿੱਸਾ ਹੈ, ਇਹ ਸਾਡਾ ਆਵਾ ਉੱਤਾ ਜਾ ਰਿਹਾ। ਅੱਜ ਬੰਦਗੀ ਕੀਤੀ, ਸੁਰਤ ਜੋੜੀ, ਅੱਜ ਸਥਾਨ ਬਣਿਆ ਹੋਇਆ ਬੀਬੀ ਮੁਮਤਾਜ਼ ਦਾ ਬਹੁਤ ਖੂਬਸੂਰਤ। ਸੱਚੇ ਪਾਤਸ਼ਾਹ ਹਜ਼ੂਰ ਅੱਗੇ ਨਿਕਲਦੇ ਆ, ਬਾਹਮਣ ਮਾਜਰਾ, ਬੂਰ ਮਾਜਰਾ ਖੂਹ ਚੱਲ ਰਿਹਾ। ਉੱਥੇ ਮੇਰੇ ਸਤਿਗੁਰਾਂ ਨੇ ਨਾ ਬੁੱਕ ਭਰ ਕੇ ਜਲ ਛਕਿਆ। ਜਦੋਂ ਅਜੇ ਉਹ ਦ੍ਰਿਸ਼ਟੀ ਪੁੱਟਦੇ ਸੀ ਤੇ ਹਜ਼ਾਰ ਸਿੱਖ ਸੇਵਾ ਵਾਸਤੇ ਹਾਜ਼ਰ ਹੁੰਦੇ ਸੀ, ਮਹਾਰਾਜ ਜੀ ਜਲ ਛਕੋਗੇ? ਅੱਜ ਸੱਚੇ ਪਾਤਸ਼ਾਹ ਹਜ਼ੂਰ ਨੇ ਬੁੱਕ ਭਰ ਕੇ ਚੱਲਦੇ ਖੂਹ ਤੋਂ ਜਲ ਛਕਿਆ। ਇੱਕ ਸਿੱਖ ਨੇ ਆ ਕੇ ਖਬਰ ਦਿੱਤੀ, ਮਹਾਰਾਜ ਜੀ ਦੁਸ਼ਮਣ ਦਾ ਦਲ ਦਿੱਲੀ ਤੋਂ ਹੋਰ ਆ ਰਿਹਾ ਤੇ ਉਹ ਇਸੇ ਮਨਸਾ ਨਾਲ ਆ ਰਿਹਾ ਕਿ ਤੁਹਾਡੇ ਨਾਲ ਟੱਕਰ ਲੈਣੀ। ਕਿੱਦਾਂ ਸਮਝਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਮੇਰੇ ਸਤਿਗੁਰ ਜੀ ਚਾਹੁੰਦੇ ਜੇ ਭਾਈ ਬੱਗਾ ਸਿੰਘ ਹੋਰਾਂ ਦੇ ਨਾਲ ਬਾਬਾ ਜ਼ੋਰਾਵਰ ਸਿੰਘ ਗਏ ਬੱਸੀ ਵਾਲੇ, ਤੇ ਸਤਿਗੁਰੂ ਜੀ ਵੀ ਜਾ ਸਕਦੇ ਸੀ, ਮਾਝੇ ਨੂੰ ਜਾ ਸਕਦੇ ਸੀ, ਦੁਆਬੇ ਨੂੰ ਜਾ ਸਕਦੇ ਸੀ। ਸੂਹ ਦੇਣ ਵਾਲੇ ਨੇ ਕਿਹਾ, ਆ ਰਹੀ ਹੈ ਫੌਜ, ਤੁਹਾਡੇ ਨਾਲ ਟੱਕਰ ਲੈਣ ਆ ਰਹੀ ਹੈ। ਤੇ ਸਾਹਿਬ ਕਹਿੰਦੇ, ਗੁਰੂ ਨਾਨਕ ਦੇ ਘਰ ਦਾ ਬਿਰਧ ਨਹੀਂ ਕੋਈ ਆਸ ਤੱਕ ਕੇ ਆਏ ਤੇ ਨਿਰਾਸ਼ਾ ਚਲਿਆ ਜਾਏ।
चलो कहिंदे उन्हां दी आस पूरी कर दे जिथे सानू बोध दिता तपस्या दिती बंदगी दिती सबर संतोख दिता उथे सानू स्वै मान ते गैरत भी दिती साध संगत महाराज चमकौर दी गढ़ी पहुंचे अज शाम बुद्धि सेठ दी गढ़ी महाराज इहदे अंदर कई दिनां दी बरसात सिल्ली छत इहदे अंदर कदम रखदे आ इस वेले एक ना बड़े खास जिक्र आउंदा इतिहास च जदों दुश्मन दल ने घेरा कत्या ते पिंड दे लोकां नूं पुछिया गढ़ी दे अंदर किन्ने कु बंदे ने ਉਹ ਕਹਿੰਦੇ ਜੀ ਸਾਡੇ ਸਾਹਮਣੇ ਤੇ 25-30 ਆਏ ਸੀ ਤੇ 5-7 ਹੋਰ ਆਏ ਸੀ ਜਿਨ੍ਹਾਂ ਦੇ ਸਾਰੇ ਕੱਪੜੇ ਖੂਨ ਨਾਲ ਨਿਚੜੇ ਹੋਏ ਸੀ ਤੇ ਐਂ ਲੱਗਦਾ ਸੀ ਹੁਣ ਵੀ ਡਿੱਗ ਪਏ ਤੇ ਹੁਣ ਵੀ ਡਿੱਗ ਪਏ ਇੰਨੇ ਜ਼ਖਮ ਸੀ ਤਨ ਤੇ ਇੰਨੇ ਜ਼ਖਮੀ ਸਨ ਹੁਣ ਕਈ ਮਹੀਨਿਆਂ ਦੇ ਭੁੱਖ ਨਾਲ ਜੂਝ ਰਹੇ ਦੁੱਖਾਂ ਨਾਲ ਜੂਝ ਰਹੇ ਕਸ਼ਟਾਂ ਨਾਲ ਜੂਝ ਰਹੇ ਸਰੀਰ ਨਿਰਬਲ ਹੋ ਗਏ ਅਨੰਦਪੁਰ ਸਾਹਿਬ ਤੋਂ ਲੈ ਕੇ ਰੋਪੜ ਤੱਕ ਦਾ ਉਹ ਚਮਕੌਰ ਸਾਹਿਬ ਤੱਕ ਦਾ ਪੈਂਡਾ ਪੈਦਲ ਜੰਗ ਚੱਲ ਕਰਦਿਆਂ ਤੇਗ ਬੰਨ੍ਹਦਿਆਂ ਕਿੰਨਾ ਤਨ ਜ਼ਖਮੀ ਹੋਏਗੇ ਕਿੰਨਾ ਬਲ ਲੱਗਿਆ ਹੋਏਗਾ ਕਿਆਸ ਕਰੋ ਗੁਰਮੁਖੋ ਸਰੀਰ ਨਿਸਲ ਹੋ ਜਾਂਦੇ ਆ ਜਦੋਂ ਸੱਚੇ ਪਾਤਸ਼ਾਹ ਦੇ ਪਿਆਰੇ ਸਿੰਘ ਚਮਕੌਰ ਦੀ ਧਰਤੀ ਤੇ ਪਹੁੰਚੇ ਜਿੱਥੇ ਤਿੰਨ ਰਾਤਾਂ ਪਹਿਲਾਂ ਸਤਿਗੁਰ ਜੀ ਚਰਨ ਪਾ ਕੇ ਕੱਟ ਚੁੱਕੇ ਇੱਧਰ ਧੰਨ ਮਾਂ ਗੁਜ਼ਰੀ ਜੀ ਆ ਵੇਖਿਆ ਇਲਾਕਾ ਤੁਸੀਂ ਥੋੜ੍ਹਾ ਜਿਹਾ ਅੱਜ ਸਵਖਤੇ ਆ ਗਏ ਸੀ ਤੇ ਵੀਰਾਂ ਨੂੰ ਮੈਂ ਅਰਜ਼ ਕੀਤੀ ਸੀ ਵੀ ਬਾਹਰ ਦੀਆਂ ਸੰਗਤਾਂ ਨੂੰ ਕੈਮਰੇ ਰਾਹੀਂ ਦਿਖਾਇਓ ਥੋੜ੍ਹਾ ਸ਼ਾਰਟ ਦਿਖਾਈ ਜਾਇਓ ਵਿਹਲੇ ਆ ਜੰਗਲ ਵਰਗਾ ਜੀ ਡਰ ਹੁੰਦਾ ਦੋਨਾਂ ਦਰਿਆਵਾਂ ਦਾ ਸੰਗਮ ਹੈ ਪਾਣੀ ਪਾਣੀ ਦਿਸਦਾ ਸੱਪ ਠੂਏ ਪਤਾ ਨਹੀਂ ਕਿੰਨੇ ਕੁ ਜਾਨਵਰ ਹੋਣਗੇ ਅਤੇ ਕਦੀ ਤੁਸੀਂ ਆਪਣੇ ਬੱਚਿਆਂ ਨੂੰ ਕੱਖਾਂ 'ਚ ਪੈਰ ਨਹੀਂ ਰੱਖਣ ਦਿੰਦੇ ਮੇਰੇ ਕਲਗੀਧਰ ਪਿਤਾ ਦੇ ਉਹ ਲਾਲ ਜਿਹਨੇ ਮਖਮਲੀ ਵਸਤਰਾਂ ਦੇ ਉੱਤੇ ਚਰਨ ਟਿਕਾਉਣ ਵਾਲੇ ਬਾਬੇ ਕੁੰਮੇ ਮਾਸ਼ਕੀ ਨੂੰ ਇੱਥੇ ਬੈਠ ਕੇ ਨਾ ਨਮਸਕਾਰ ਕਰ ਲਈਏ ਬਾਬਾ ਇਹ ਸਾਰਾ ਪੰਥ ਜਿਹੜਾ ਆਇਆ ਨਾ ਇਹ ਤੇਰਾ ਕਰਜ਼ਦਾਰ ਹੈ ਤੂੰ ਬਹੁਤ ਕੁਛ ਕੀਤਾ ਅਸੀਂ 5, 10, 50, 100 ਦੇ ਸਕਦੇ ਹਾਂ ਤੇਰੇ ਕੋਲ ਜੋ ਕੁਝ ਸੀ ਤੂੰ ਸਾਰਾ ਕੁਝ ਮਾਂ ਗੁਜਰੀ ਤੇ ਲਾਲਾਂ ਨੂੰ ਦੇ ਦਿੱਤਾ ਸਾਰਾ ਕੁਝ ਦੇ ਦਿੱਤਾ ਉਹਦੇ ਕੋਲ ਇੱਕ ਕੱਖਾਂ ਦੀ ਛੱਪਰ ਸੀ ਉਹਦੇ ਕੋਲ ਇੱਕ ਫਟਿਆ ਹੋਇਆ ਭੂਰਾ ਸੀ ਇੱਕ ਟੁੱਟੀ ਹੋਈ ਮੰਜੀ ਸੀ ਤੇ ਉਸ ਗਰੀਬ ਦੇ ਕੋਲ ਮੈਨੂੰ ਲੱਗਦਾ ਉਸ ਰਾਤ ਪਕਾਉਣ ਜੋਗਾ ਆਟਾ ਵੀ ਨਹੀਂ ਸੀ ਇਸੇ ਵਾਸਤੇ ਬੀਬੀ ਲਕਸ਼ਮੀ ਘਰੋਂ ਪ੍ਰਸ਼ਾਦਾ ਪਕਾ ਲਿਆ ਉਹ ਭੈਣੇ ਉਹ ਬੀਬੀ ਏ ਤੈਨੂੰ ਨਮਸਕਾਰ ਤੂੰ ਮੇਰੇ ਦਸ਼ਮੇਸ਼ ਦੇ ਲਾਲਾਂ ਦੇ ਮੁੱਖ ਵਿੱਚ ਭੋਜਨ ਪਾਇਆ ਧੰਨ ਹੈ ਤੂੰ ਧੰਨ ਹੈ ਤੂੰ ਬਾਬਾ ਕੁੰਮੇ ਮਾਸ਼ਕੀ ਗਰੀਬ ਕਰੀਮ ਬਖਸ਼ ਤੇ ਗਰੀਬ ਦਾ ਨਾਂ ਕੌਣ ਸਤਿਕਾਰ ਨਾਲ ਲੈਂਦਾ ਕੁੰਮਾ ਮਾਸ਼ਕੀ ਇੱਕ ਪਾਸੇ ਪੰਡਿਤ ਵਿਦਵਾਨ ਗੰਗੂ ਤੇ ਉਹਦੇ ਨਾਂ ਨਾਲ ਕੱਲ੍ਹ ਲਿਖਾਂਗੇ ਗੰਗੂ ਪਾਪੀ ਇੱਥੇ ਲਿਖਿਆ ਬਾਬਾ ਕੁੰਮਾ ਇਹ ਹੁੰਦਾ ਅਦਬ ਕਰਨੀਆਂ ਦਾ ਕਮਾਈ ਦਾ ਇੱਥੇ ਬੈਠੇ ਸੀ ਰਾਤ ਤੇ ਅਸੀਂ ਉਹਨਾਂ ਦੇ ਨਾਲ ਬੈਠੇ ਹਾਂ ਅੱਜ ਮਾਂ ਧੰਨ ਬਾਬਾ ਫਤਿਹ ਸਿੰਘ ਜੀ ਅਸੀਂ ਤੇਰੇ ਚਰਨਾਂ ਨੂੰ ਫੜਨਾ ਚਾਹੁੰਦੇ ਹਾਂ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਸੀਂ ਤੇਰੇ ਹੱਥਾਂ ਨੂੰ ਚੁੰਮਣਾ ਚਾਹੁੰਦੇ ਹਾਂ ਮਾਂ ਗੁਜਰੀ ਜੀ ਅਸੀਂ ਤੇਰੇ ਪਵਿੱਤਰ ਪਾਵਨ ਚਰਨਾਂ ਦੇ ਉੱਤੇ ਮੱਥਾ ਰੱਖਣਾ ਚਾਹੁੰਦੇ ਹਾਂ ਤੇ ਜੇ ਤੁਸੀਂ ਚਾਹੁੰਦੇ ਹੋ ਨਾ ਤੇ ਸੁਰਤਾਂ ਟਿਕਾ ਕੇ ਇਹ ਬਾਪੂ ਵੱਲ ਵੇਖਿਓ ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਇੱਥੇ ਸਮਾਏ ਹੋਏ ਆ ਇਹਦੇ ਵਿੱਚੋਂ ਵੇਖਣ ਦਾ ਯਤਨ ਕਰਿਓ ਕੋਈ ਚਿੱਤਰ ਨਾ ਪੂਜਣ ਲੱਗ ਪਿਓ ਇੱਥੇ ਪਹੁੰਚ ਗਏ ਅੱਜ ਤੇ ਇਹ ਰਾਤ ਅਹਿਸਾਸ ਕਰਾਏ ਕਿ ਕਿੱਦਾਂ ਦੇ ਦੁੱਖ ਹੋਣਗੇ ਕਿਵੇਂ ਦੇ ਕਸ਼ਟ ਹੋਣਗੇ ਤੇ ਅਸੀਂ ਨਾਲ ਨਾਲ ਚੱਲੀਏ ਗੁਰਮੁਖੋ ਨਾਲ ਨਾਲ ਚੱਲੀਏ ਕੱਲ੍ਹ ਤੁਰਿਓ ਅਤੇ ਆਪਾਂ ਸਹੇੜੀ ਪਹੁੰਚਾਂਗੇ ਗੰਗੂ ਦੀ ਕਰਤੂਤ ਵੀ ਵੇਖਾਂਗੇ ਮਾਂ ਦਾ ਸਬਰ ਵੀ ਵੇਖਾਂਗੇ ਉੱਧਰ ਮੇਰੇ ਕਲਗੀਆਂ ਵਾਲੇ ਸਾਹਿਬ ਉਹ 8 ਪੋਹ ਨੂੰ ਕੀ ਕਲਾ ਵਰਤਾਉਂਦੇ ਆ ਕੱਲ੍ਹ ਫਿਰ ਉਹ ਵੀ ਦਰਸ਼ਨ ਕਰਾਂਗੇ ਕੌਮ ਦੇ ਆਦਰਯੋਗ ਕਵੀ ਬਾਲ ਸਾਹਿਬ ਜੀ ਆਏ ਮਾਣ ਹੈ ਕੌਮ ਦੇ ਕਵੀਆਂ ਉੱਤੇ ਦਸਮ ਪਾਤਸ਼ਾਹ ਜੀ ਤੇ ਬਹੁਤਾ ਹੀ ਆਦਰ ਕਰਦੇ ਸੀ ਤੇ ਆਪਾਂ ਟਕਾ ਵੀ ਨਹੀਂ ਦਿੰਦੇ ਕਿਸੇ ਨੂੰ ਰਾਗੀ ਸਾਹਿਬਾਨ ਆ ਰਹੇ ਨੇ ਸਭ ਜਜ਼ਬਾਤ ਲੈ ਕੇ ਆ ਰਹੇ ਆ ਕੁਛ ਨਹੀਂ ਕਿਸੇ ਨੂੰ ਦਿੱਤਾ ਜਾ ਰਿਹਾ ਰਾਜੂ ਵੀਰ ਜੀ ਬੈਠੇ ਆ ਕੈਮਰਿਆਂ ਵਾਲੇ ਬੈਠੇ ਆ ਨਾ ਕਿਸੇ ਗੁਰਸਿੱਖਾਂ ਕੋਲੋਂ ਕੋਈ ਟਕਾ ਗੁਰਾਈ ਕੀਤੀ ਜਾਂਦੀ ਹੈ ਨਾ ਕਿਸੇ ਵੀ ਗੁਰਸਿੱਖ ਵੀਰ ਦੀ ਤਲੀ 'ਤੇ ਰੱਖਿਆ ਜਾਂਦਾ 5 ਕੁ ਮਿੰਟ ਬਾਲ ਸਾਹਿਬ ਕੌਮੀ ਕਥੀ ਕਥਾ ਕਵੀ ਪੰਥਕ ਕਵੀ
एक दो बंद तुहाडे नाल कविता दे सांझे करने पांच क मिनट समय की सीमा नूं ध्यान विच रख के 9:20 25 मिनट हो गए आ ते 5-7 मिनट बाल साहब नूं बेनती है। फिर सिख कौम दे बहुत ही प्यारी आवाज महाराज ने दित्ती भाई साहब भाई गगनदीप सिंह जी गंगानगर वाले साध संगत मां जी ने रात कट्टी सी मेरी बेनती है तुहानूं ते आपां एक घंटा होर कट्टना एक घंटा आनंद नाल बैठे रहे हो सिदक धार के बैठे रहे हो गुरु तुहानूं खुशियां देणगे। बाल साहब जी वाहिगुरु जी का खालसा वाहिगुरु जी की फतेह।